ਸਾਡੇ ਲਈ ਮੁੱਦਾ ਹੈਗਾ ਕਿ ਸਾਡੇ ਕੋਲ ਪੀਣ ਲਈ ਪਾਣੀ ਸਾਫ਼ ਨਹੀਂ ਗਾ, ਠੀਕ ਆ, ਸਾਡੇ ਹਵਾ ਦੇ ਵਿੱਚ ਜ਼ਹਿਰ ਆ, ਸਾਡੇ ਹੱਡਾਂ ਦੇ ਵਿੱਚ ਯੂਰੀਆ ਪਾ ਪਾ ਕੇ ਇਹਨਾਂ ਨੇ ਹਰੀ ਕ੍ਰਾਂਤੀ ਦਾ ਟੀਕਾ ਲਾਇਆ, ਜਿਹੜਾ ਉਹ ਨਹੀਂ ਸਾਡੇ ਤੋਂ ਨਿਕਲ ਪਾ ਰਿਹਾ, ਸਾਡੇ ਜਿਹੜਾ ਝੋਨਾ ਧੱਕੇ ਨਾਲ ਸਾਨੂੰ ਵਾੜਿਆ ਗਿਆ, ਠੀਕ ਆ, ਸਾਡਾ ਪਾਣੀ ਅਸੀਂ ਸਾਰਾ ਤੋਰ ਰਹੇ ਹਾਂ ਪੰਜਾਬ ਤੋਂ ਬਾਹਰ। ਅਮਿਤ ਸ਼ਾਹ ਇੱਕ ਭਾਜਪਾ ਜਿਹੜੀ ਸਰਕਾਰ ਆ ਉਹਦਾ ਮਤਲਬ ਪ੍ਰਧਾਨ ਹੋਣ ਦੇ ਨਾਤੇ ਉਹ ਰੈਲੀਆਂ 'ਚ ਬਿਆਨ ਦੇ ਰਿਹਾ ਕਿ 350 ਬੰਦੇ ਮਾਰਤੇ, ਏਅਰਫੋਰਸ ਕਹਿੰਦੀ ਆ ਭਾਈ ਅਸੀਂ ਹਨੇਰੇ 'ਚ ਬੰਬ ਸੁੱਟ ਕੇ ਆਏ ਹਾਂ, ਸਾਨੂੰ ਪਤਾ ਨਹੀਂ ਕਿ ਅਸੀਂ ਬੰਦੇ ਥੋੜ੍ਹਾ ਗਿਣੇ ਕਿੰਨੇ ਮਾਰਤੇ ਆ। ਇਹੋ ਜਿਹੀ ਜਿਹੜੀ ਹਾਸੋਹੀਣੀ ਭਾਰਤ ਦੀ ਰਾਜਨੀਤੀ ਹੋ ਰਹੀ ਆ। ਜਿਸ ਦੇਸ਼ 'ਚ ਤੁਸੀਂ ਔਰਤ ਨੂੰ ਸੁਰੱਖਿਆ ਹੀ ਨਹੀਂ ਦੇ ਸਕਦੇ ਉਹ ਤੋਂ ਬਾਅਦ ਡਿਵੈਲਪਮੈਂਟ ਦਾ ਕੁਸ਼ਚਨ ਨਹੀਂ ਹੁੰਦਾ। ਲੋਕਾਂ ਦੇ ਸਮਾਜ ਦੇ ਦਿਮਾਗ ਦੇ ਅੰਦਰ ਜ਼ਹਿਰ ਭਰਨ ਦੇ ਅੰਦਰ, RSS ਤੋਂ ਨਹੀਂ ਪਿੰਡਾਂ 'ਚ ਜਾ ਕੇ ਉਹਨਾਂ ਜ਼ਹਿਰ ਭਰਿਆ ਜਾ ਰਿਹਾ ਜਿੰਨਾ ਮੀਡੀਆ ਭਰ ਰਿਹਾ, ਜਿੰਨਾ ਬੈਠਾ ਜੀ ਨਿਊਜ਼ ਭਰ ਰਿਹਾ, ਜਿੰਨਾ ਬੈਠਾ ਅੱਜ ਤੱਕ ਭਰ ਰਿਹਾ ਹੈਗਾ। ਜਿਹੋ ਜਿਹਾ ਮੀਡੀਆ ਦਾ ਰੋਲ ਰਿਹਾ ਅੱਜ ਜਿਹੜਾ ਸਾਰਾ ਬਾਲਾਕੋਟ ਵਾਲਾ ਆ ਘਟਨਾਕ੍ਰਮ ਹੋਇਆ, ਦੇਖੋ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਪੁਲਵਾਮਾ ਦਾ, ਤਾਂ ਉਹਨੂੰ ਉਸ ਸਿਚੁਏਸ਼ਨ ਨੂੰ ਐਡਰੈਸ ਕਰਨ ਦੀ ਬਜਾਏ ਆ ਸਾਡੇ ਨਾਲ ਇੱਥੇ ਵੀਰ ABBP ਦੇ ਵੀ ਖੜ੍ਹੇ ਨੇ, ਹੋਰ ਵਿਦਿਆਰਥੀ ਰਾਜਨੀਤੀਆਂ NSUI ਵੀ ਖੜ੍ਹੀ ਆ, ਇਹਨਾਂ ਨੂੰ ਵੀ ਇਹ ਸਵਾਲ ਆ, ਇਹ ਵਿਦਿਆਰਥੀਆਂ ਨੂੰ ਵੀ, ਕਿ ਜਿਹੜੀਆਂ ਧਿਰਾਂ ਦੇ ਨਾਲ ਤੁਸੀਂ ਜੁੜੇ ਹੋ, ਜਿਹੜੀਆਂ ਮੁੱਖ ਧਿਰਾਂ ਨੇ ਭਾਵੇਂ ਉਹ ਕਾਂਗਰਸ ਆ ਭਾਵੇਂ ਉਹ ਭਾਜਪਾ, ਇੱਥੋਂ ਦਾ ਜਿਹੜਾ ਭਾਰਤ ਦਾ ਰਾਜਨੀਤਿਕ ਢਾਂਚਾ ਆ ਉਹਦੇ ਵਿੱਚ ਇੱਥੋਂ ਦੇ ਹੀ ਲੋਕ ਜਿਨ੍ਹਾਂ ਨੂੰ ਤੁਸੀਂ ਆਪਣੇ ਲੋਕ ਕਹਿੰਦੇ ਹੋ ਉਹ ਲੋਕ ਆਪਣੇ ਹੱਕਾਂ ਲਈ ਜਦੋਂ ਲੜਦੇ ਆ ਤਾਂ ਤੁਸੀਂ ਉਹਨਾਂ ਨੂੰ ਦਬਾਉਣ ਲਈ ਉਹਨਾਂ ਦੇ ਉੱਤੇ ਅੱਤਵਾਦੀ ਦਾ ਠੱਪਾ ਲਾਉਂਦੇ ਹੋ, ਅਤੇ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਹੁੰਦੀਆਂ ਆ ਉਹਨਾਂ ਨੂੰ ਦਬਾਉਣ ਲਈ ਤੁਸੀਂ ਫੌਜ ਨੂੰ ਵਰਤਦੇ ਹੋ। ਪਹਿਲਾਂ ਉਹ ਪੰਜਾਬ ਵਿੱਚ ਵੱਡੇ ਪੱਧਰ 'ਤੇ ਵਰਤੀ ਗਈ, ਅਸੀਂ ਉਹਦਾ ਕਹਿਰ ਆਪਣੇ ਪਿੰਡਾਂ 'ਤੇ ਝੱਲਿਆ ਅਤੇ ਹੁਣ ਉਹ ਕਸ਼ਮੀਰ ਚੱਲ ਰਿਹਾ। ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ 'ਚ ਇਹ ਗੱਲ ਮੰਨ ਰਿਹਾ ਕਿ ਪੰਜਾਬ ਇੱਕ ਵੱਡੇ ਜਲ ਸੰਕਟ ਵੱਲ ਵੱਧ ਰਿਹਾ, ਪੰਜਾਬ ਦਾ ਪਾਣੀ, ਪੰਜਾਬ ਦਾ ਦਰਿਆਈ ਪਾਣੀ ਪਿਛਲੇ ਕਈ ਸਾਲਾਂ ਤੋਂ ਲੁੱਟ ਕੇ ਇੱਥੋਂ ਕੇਂਦਰੀ ਜਿਹੜੀ ਹਕੂਮਤਾਂ ਨੇ ਉਹ ਲਿਜਾ ਰਹੀਆਂ ਨੇ, ਅਤੇ ਹੁਣ ਦੀ ਕੇਂਦਰੀ ਹਕੂਮਤ ਨੇ ਨਵਾਂ ਫੈਸਲਾ ਕੀਤਾ ਕਿ ਜਿਹੜਾ ਰਾਵੀ ਦਾ ਪਾਣੀ ਵੀ ਆ ਉਹ ਵੀ ਅਸੀਂ ਜਮਨਾ 'ਚ ਪਾਉਣਾ ਆ। MSP ਜੋ ਮਿਨੀਮਮ ਕਰੋਪ ਰੇਟ ਹੈ ਉਹ 2014 ਮੇਂ ਔਰ 2018-19 ਕੇ ਅੰਦਰ ਉਸਮੇ ਜ਼ਮੀਨ ਆਸਮਾਨ ਕਾ ਫਰਕ ਹੈ। 2014 ਕੇ ਰੇਟ ਆ ਦੇਖ ਲੇਂਗੇ, 2019 ਕੇ ਰੇਟ ਦੇਖ ਲੇਂਗੇ, 5 ਸਾਲ ਮੇਂ ਮਿਨੀਮਮ ਜੋ ਹਮਨੇ ਦੇਨਾ ਥਾ ਅਮਾਊਂਟ ਵੋ ਕਿਸਾਨੋਂ ਕੋ ਨਹੀਂ ਮਿਲਾ। ਯੇ ਸੈਂਟਰਲ ਗਵਰਨਮੈਂਟ ਕਾ ਫੇਲੀਅਰ ਹੈ ਇਸਪੇ। ਸੈਂਟਰਲ ਗਵਰਨਮੈਂਟ ਨੇ 4.5 ਸਾਲ ਕੀ ਸਰਕਾਰ ਮੇਂ ਐਸਾ ਕੋਈ ਕਾਮ ਹੀ ਨਹੀਂ ਹੋਗਾ ਜੋ ਕਰਵਾਇਆ ਹੈ। ਅਸੀਂ ਝੂਠੇ ਵਾਅਦੇ ਕੀਏ, ਚਾਹੇ ਬੇਰੋਜ਼ਗਾਰੀ ਹੋ ਚਾਹੇ ਰੋਜ਼ਗਾਰ ਕਾ ਕਾਮ, ਕਿ ਉਹਨਾਂ ਨੇ ਬਾਤ ਕੀ 2 ਕਰੋੜ ਰੋਜ਼ਗਾਰ ਦੇਂਗੇ ਹਰ ਸਾਲ। 2 ਕਰੋੜ ਕਿਆ, 1 ਕਰੋੜ 10 ਲੱਖ ਆਪਕੇ ਸਾਹਮਣੇ ਪਹਿਲੀ ਮੈਨੇ ਬਾਤ ਰੱਖੀ ਤੀ, 1 ਕਰੋੜ 10 ਲੱਖ ਲੋਕੋ ਕੋ ਨੌਕਰੀਆਂ ਸੇ ਨਿਕਾਲ ਦਿਆ, 31 ਮਿਲੀਅਨ ਲੋਕ ਤੋ ਹਮਾਰੇ ਜਿਨਕੋ ਇੰਪਲੋਇਮੈਂਟ ਹੈ ਹੀ ਨਹੀਂ। ਦੇਖੋ ਜੋ ਰਹਿਣ ਵਾਲੇ ਨੇ ਉਹ 'ਚ 3 ਚੀਜ਼ਾਂ ਰਹਿਣਗੀਆਂ, ਅੰਧ ਰਾਸ਼ਟਰਵਾਦ, ਪਾਕਿਸਤਾਨ ਦਾ ਹੂਆ ਬਣਾ ਕੇ, ਕਸ਼ਮੀਰੀਆਂ ਦਾ ਹੂਆ ਬਣਾ ਕੇ, ਦੂਜੇ ਨੰਬਰ 'ਤੇ ਆਪਣਾ ਹਿੰਦੂ ਮੁਸਲਿਮ ਧਰਮ ਦਾ ਮੁੱਦਾ, ਤੀਜੇ 'ਤੇ ਜਾਤ ਦੇ ਸਮੀਕਰਨ। ਇਹ ਤੋਂ ਬਿਨਾਂ ਭਾਰਤ ਦੇ ਅੰਦਰ ਇਲੈਕਸ਼ਨ ਨਹੀਂ ਹੁੰਦੇ। ਏਅਰ ਸਟ੍ਰਾਈਕ ਤੋਂ ਬਾਅਦ ਆ ਬਾਲ ਹਮਲੇ ਤੋਂ ਬਾਅਦ ਪੁਲਵਾਮਾ ਦੇ ਹਮਲੇ ਤੋਂ ਬਾਅਦ ਉਹ ਸੈਨਿਕਾਂ ਦੀਆਂ ਲਾਸ਼ਾਂ ਦੇ ਉੱਤੇ ਮੋਦੀ ਇਲੈਕਸ਼ਨ ਲੜ ਰਿਹਾ। ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਸਭ ਤੋਂ ਵੱਡੇ ਪੱਧਰ 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਇਸ ਵਾਰ ਜਿੱਤੇਗਾ ਕੌਣ, ਅਤੇ ਸਵਾਲ ਇਹ ਖੜ੍ਹੇ ਹੋ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੀਆਂ ਸੱਤਾ ਧਿਰਾਂ ਪਾਰਟੀ ਨੇ ਜਾਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਇਹ ਜ਼ੋਰ ਲੱਗਾ ਹੋਇਆ ਕਿ ਅਸੀਂ ਇਸ ਲੋਕ ਸਭਾ ਚੋਣ ਦੇ ਵਿੱਚ ਜਿਹੜੀ ਜਿੱਤ ਆ ਯਕੀਨੀ ਬਣਾਵਾਂਗੇ। ਪਰ ਇਹਨਾਂ ਚੋਣਾਂ ਦੇ ਦੌਰਾਨ ਜੇ ਅਸੀਂ ਗੱਲ ਕਰੀਏ ਤਾਂ ਵੱਡੇ ਪੱਧਰ 'ਤੇ ਇੱਕ ਦੂਜੇ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਛਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਰ ਲੋਕਾਂ ਦੇ ਮੁੱਦੇ ਜਿਹੜੇ ਨੇ ਕਿਤੇ ਨਾ ਕਿਤੇ ਹਵਾ ਹੋਏ ਨਜ਼ਰ ਆ ਰਹੇ ਨੇ। ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਮੁੱਦੇ ਜਾਣਨ ਦੇ ਲਈ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ। ਇੱਥੇ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਨੇ ਵੱਖ ਵੱਖ ਵਿਚਾਰਧਾਰਾ ਰੱਖਦੀਆਂ ਨੇ, NSUI, SFS, SOI, 7 ਹੋਰ ਜਿਹੜੀਆਂ ਟੀਮਾਂ ਨੇ, ਇਹਨਾਂ ਨੂੰ ਅਸੀਂ ਅੱਜ ਇਕੱਤਰ ਕਰਕੇ ਕੋਸ਼ਿਸ਼ ਕਰਨ ਲੱਗੇ ਹਾਂ ਕਿ ਇਹਨਾਂ ਤੋਂ ਜਾਣ ਸਕੀਏ ਕਿ ਨੌਜਵਾਨਾਂ ਦੇ ਕਿਹੜੇ ਮੁੱਦੇ ਨੇ। ਵੱਖ ਵੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਇਹਨਾਂ ਤੋਂ ਕਿ ਕਿਹੜੇ ਮੁੱਦੇ ਜਿਹੜੇ ਲੋਕ ਸਭਾ ਦੇ ਵਿੱਚ ਅਹਿਮ ਰਹਿਣ ਵਾਲੇ ਨੇ ਅਤੇ ਕਿਹੜੇ ਮੁੱਦੇ ਜਿਹੜੇ ਆ ਕਿਤੇ ਨਾ ਕਿਤੇ ਦਰਕਿਨਾਰ ਕੀਤੇ ਗਏ ਨੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ ਨੌਜਵਾਨਾਂ ਤੋਂ, ਅਤੇ ਨਾਲ ਦੀ ਨਾਲ ਇੱਕ ਵੱਡੀ ਚੀਜ਼ ਇਹ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਮੁੱਦੇ ਲੋਕਾਂ ਦੇ ਨੇ, ਨੌਜਵਾਨਾਂ ਦੇ ਨੇ, ਉਹਨਾਂ ਨੂੰ ਕਿਉਂ ਦਰਕਿਨਾਰ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਸੁਖਮਿੰਦਰ, ਕਿੱਦਾਂ ਦੇਖਦੇ ਹੋ ਲੋਕ ਸਭਾ ਚੋਣਾਂ ਸਿਰ 'ਤੇ ਨੇ, ਐਲਾਨ ਹੋ ਚੁੱਕਾ 11 ਅਪ੍ਰੈਲ ਤੋਂ 11 ਫੇਜ਼ 7 ਫੇਜ਼ਾਂ ਦੇ ਵਿੱਚ ਐਲਾਨ ਕੀਤਾ ਗਿਆ ਕਿ ਚੋਣਾਂ ਹੋਣਗੀਆਂ, ਕਿਹੜੇ ਮੁੱਦੇ ਤੁਹਾਡੇ ਹਿਸਾਬ ਦੇ ਨਾਲ ਨੇ ਜਿਹੜੇ ਇਹਨਾਂ ਚੋਣਾਂ ਦੇ ਵਿੱਚ ਨਹੀਂ ਚੱਕੇ ਜਾ ਰਹੇ ਅਤੇ ਬਾਕੀ ਮੁੱਦਿਆਂ ਵੱਲ ਆਵਾਜ਼ ਕੀਤੀ ਜਾ ਰਹੀ ਹੈ? ਦੇਖੋ ਭਾਰਤ ਦਾ ਜਿਹੜਾ ਰਾਜਨੀਤਿਕ ਢਾਂਚਾ ਆ ਉਹਦੇ ਵਿੱਚ ਜਿਹੜੀਆਂ ਜਿਹੜੀ ਇੱਥੋਂ ਦੀ ਲੋਕ ਸਭਾ ਚੋਣ ਆ, ਜਿਹੜੀ ਪਾਰਲੀਮੈਂਟ ਆ ਉਹਦੀ ਚੋਣ ਹੁੰਦੀ ਆ, ਅਤੇ ਉਹਦੇ ਜਿਹੜੇ ਮਸਲੇ ਨੇ ਉਹ ਅਸੀਂ ਦੇਖੀਏ ਤਾਂ ਖੇਤਰਾਂ ਦੇ ਹਿਸਾਬ ਨਾਲ ਵੱਖੋ ਵੱਖਰੇ ਮਸਲੇ ਨੇ ਲੋਕਾਂ ਦੇ। ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਜਦੋਂ ਭਾਰਤੀ ਸੰਵਿਧਾਨ ਬਣਿਆ ਤਾਂ ਉਸ ਤੋਂ ਬਾਅਦ ਇੰਨੀਆਂ ਤਰਮੀਮਾਂ ਕਰਕੇ ਜਿਹੜਾ ਭਾਰਤ ਦਾ ਸਾਰਾ ਰਾਜਨੀਤੀ ਦਾ ਉਹ ਕੇਂਦਰੀਕਰਨ ਕਰਤਾ ਗਿਆ ਕਿ ਜਿਹੜੀਆਂ ਅੱਜ ਸਾਰੀਆਂ ਤਾਕਤਾਂ ਨੇ ਉਹ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਹੱਥ 'ਚ ਦੇ ਦਿੱਤੀਆਂ ਗਈਆਂ, ਤਾਂ ਇਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਇਹਨਾਂ ਦੋਵਾਂ ਨੂੰ ਇਹ ਗੱਲ ਸੂਟ ਕਰਦੀ ਆ, ਅਤੇ ਇਹਨਾਂ ਨੇ ਇਹ ਲੋਕ ਮਾਰੂ ਨੀਤੀ ਆ ਕਿਉਂਕਿ
ਭਾਰਤ ਦੇ ਵਿੱਚ ਇੱਥੇ ਵੱਖ ਵੱਖ ਕੌਮੀਅਤਾਂ ਰਹਿੰਦੀਆਂ ਸੀ, ਉਹਨਾਂ ਸਾਰਿਆਂ ਦੀ ਆਵਾਜ਼ ਦਬਾਉਣ ਲਈ ਕੇਂਦਰੀਕਰਨ ਰਾਜਨੀਤੀ ਦਾ ਕਰਤਾ ਗਿਆ, ਤਾਂ ਉਹਦੇ ਵਿੱਚ ਉਹਦੇ ਖਿਲਾਫ ਜਿਹੜੀਆਂ ਇੱਥੋਂ ਦੀਆਂ ਕੌਮਾਂ ਨੇ, ਖਾਸ ਤੌਰ 'ਤੇ ਜਿੱਦਾਂ ਅਸੀਂ ਸਿੱਖ ਕੌਮ ਨੂੰ ਰੀਪ੍ਰਜੈਂਟ ਕਰਦੇ ਹਾਂ, ਤਾਂ ਇੱਕ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਆਪਣੇ ਹੱਕਾਂ ਲਈ ਲੜ ਰਹੇ ਹਾਂ ਅਤੇ ਪੰਜਾਬ ਦੇ ਹੱਕਾਂ ਲਈ ਇਸ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਹਾਂ, ਤਾਂ ਅੱਜ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ, ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਉਹ ਭਾਜਪਾ ਹੋਵੇ। ਤਾਂ ਹੁਣ ਸਾਡੇ ਸਾਹਮਣੇ ਜਿਹੜਾ ਹੁਣ ਮੌਜੂਦਾ ਸਮਾਂ ਆਇਆ ਕਿ ਲੋਕ ਸਭਾ ਚੋਣਾਂ ਦੁਬਾਰਾ ਆ ਰਹੀਆਂ ਨੇ, ਪੰਜਾਬ ਦੇ ਲੋਕ ਵੋਟਾਂ ਪਾਉਣਗੇ, ਤਾਂ ਜਦੋਂ ਮੈਂ ਪੰਜਾਬ ਦੀ ਗੱਲ ਕਰਨੀ ਹੈ ਤਾਂ ਜਿਹੜੇ ਸਾਡੇ ਕੇਂਦਰ ਦੀ ਸਰਕਾਰ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕੇਂਦਰ ਨਾਲ ਮਸਲੇ ਨੇ ਉਹ ਦੋ ਵੱਡੇ ਮਸਲੇ ਨੇ ਪੰਜਾਬ ਦੇ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ 'ਚ ਇਹ ਗੱਲ ਮੰਨ ਰਿਹਾ ਕਿ ਪੰਜਾਬ ਇੱਕ ਵੱਡੇ ਜਲ ਸੰਕਟ ਵੱਲ ਵੱਧ ਰਿਹਾ। ਪੰਜਾਬ ਦਾ ਪਾਣੀ, ਪੰਜਾਬ ਦਾ ਦਰਿਆਈ ਪਾਣੀ ਪਿਛਲੇ ਕਈ ਸਾਲਾਂ ਤੋਂ ਲੁੱਟ ਕੇ ਇੱਥੋਂ ਕੇਂਦਰੀ ਜਿਹੜੀ ਹਕੂਮਤਾਂ ਨੇ ਉਹ ਲਿਜਾ ਰਹੀਆਂ ਨੇ, ਅਤੇ ਹੁਣ ਦੀ ਕੇਂਦਰੀ ਹਕੂਮਤ ਨੇ ਨਵਾਂ ਫੈਸਲਾ ਕੀਤਾ ਕਿ ਜਿਹੜਾ ਰਾਵੀ ਦਾ ਪਾਣੀ ਵੀ ਆ ਉਹ ਵੀ ਅਸੀਂ ਯਮੁਨਾ 'ਚ ਪਾਉਣਾ ਆ। ਹਾਂ, ਤਾਂ ਇਹ ਜੋ ਵੀ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਵੀ ਉਹਦੇ ਖਿਲਾਫ਼ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਮਸਲਾ ਉਹ ਪਾਣੀ ਦਾ ਪਹਿਲਾ ਮਸਲਾ ਆ, ਕਿ ਕੇਂਦਰ ਦੇ ਵਿੱਚ ਜਿਹੜੀ ਵੀ ਸਰਕਾਰ ਆਵੇ ਉਹ ਇਹ ਐਲਾਨ ਕਰੇ ਕਿ ਅਸੀਂ ਆਉਣ ਤੋਂ ਬਾਅਦ ਲੋਕ ਉਹਨੂੰ ਵੋਟ ਪਾਉਣ ਜਿਹੜਾ ਐਲਾਨ ਕਰੂੰਗਾ ਕਿ ਅਸੀਂ ਪੰਜਾਬ ਦਾ ਜਲ ਸੰਕਟ ਹੱਲ ਕਰਾਂਗੇ ਅਤੇ ਦਰਿਆਈ ਪਾਣੀ ਹੈ ਜਿਹੜਾ ਉਹ ਤਾਂ ਹੱਕ ਪੰਜਾਬ ਨੂੰ ਦੇਵਾਂਗੇ। ਦੂਜਾ ਮਸਲਾ ਜਿਹੜਾ ਆ ਉਹ ਹੈਗਾ ਪੰਜਾਬ ਦੇ ਪੰਜਾਬੀ ਬੋਲਦੇ ਖੇਤਰਾਂ ਦਾ ਅਤੇ ਪੰਜਾਬ ਦੀ ਰਾਜਧਾਨੀ ਦਾ। ਇਹ ਕੇਂਦਰ ਵੱਲੋਂ ਜਿਹੜੇ ਸਿੱਧੇ ਧੱਕੇ ਕੀਤੇ ਗਏ ਨੇ ਪੰਜਾਬ ਨਾਲ, ਤਾਂ ਉਹ ਜਿਹੜਾ ਰਾਜਧਾਨੀ ਹੈ ਚੰਡੀਗੜ੍ਹ ਹੈ ਇਹ ਪੰਜਾਬੀ ਧਰਤੀ ਦੇ ਉੱਤੇ ਬਣੀ ਆ, ਪੰਜਾਬੀ ਲੋਕਾਂ ਦੀ ਧਰਤੀ 'ਤੇ, ਉਹ ਵਾਪਸ ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਇਹਦਾ ਰੇੜਕਾ ਰੱਖਿਆ ਗਿਆ ਹਾਲੇ ਤੱਕ ਹਰਿਆਣਾ ਦੇ ਨਾਲ ਅਤੇ ਪੰਜਾਬ ਦੇ ਨਾਲ। ਪ੍ਰਿੰਸ SOI ਨੇ ਪ੍ਰਿੰਸ ਸਿੱਧੇ ਇਲਜ਼ਾਮ ਨੇ ਕਿ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਨੇ ਇਹ ਮਸਲੇ ਜਿਹੜੇ ਪਾਣੀ ਦਾ ਮਸਲਾ ਅਤੇ ਦੂਜੇ ਪਾਸੇ ਜਿਹੜਾ ਭਾਸ਼ਾ ਦਾ ਮਸਲਾ ਉਹ ਹਾਲੇ ਤੱਕ ਹੱਲ ਨਹੀਂ ਕੀਤਾ, ਕਿੱਦਾਂ ਦੇਖਦੇ ਹੋ? ਬਈ ਜੀ, ਜਿਵੇਂ ਆਪਾਂ ਗੱਲਬਾਈ ਨੇ ਕੀਤੀ ਮੈਂ ਬਿਲਕੁਲ ਸਹਿਮਤ ਹਾਂ। ਪਹਿਲੀ ਗੱਲ ਤਾਂ ਜਿਹੜਾ ਪਾਣੀਆਂ ਦਾ ਮਸਲਾ ਇਹ ਬਿਲਕੁਲ ਹੱਲ ਹੋਣਾ ਚਾਹੀਦਾ, ਅਤੇ ਦੂਜੀ ਗੱਲ ਆ ਜਿਹੜੀ ਇੱਕ ਆਪਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀਏ, ਉਸ ਟਾਈਮ ਕੀ ਗੱਲ ਕੀਤੀ ਜਾਂਦੀ ਸੀ ਵੀ ਜਿਹੜੀ ਪੰਜਾਬ ਦੀ ਸਾਡੀ ਜਿੰਨੀ ਵੀ ਅਸੀਂ ਕ੍ਰੋਪ ਕਲਟੀਵੇਸ਼ਨ ਕਰ ਰਹੇ ਹਾਂ, ਜਿੰਨੀ ਸਾਡੀ ਪੈਦਾਵਾਰ ਹੈ ਉਹਦਾ ਕੀ ਰੇਟ ਹੋਊਗਾ, ਉਹਦੇ ਵੇਚਣ ਦਾ ਕੀ ਰੇਟ ਹੋਊਗਾ? ਕਿਉਂਕਿ ਅੱਜ ਜੇ ਆਪਾਂ ਇਕੱਲੇ ਪੰਜਾਬ ਨੂੰ ਜੇ ਆਪਾਂ ਮੈਂ ਉਸ ਚੀਜ਼ ਨਾਲ ਦੇਖਿਆ ਜਾਵਾਂ, ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਹਾਂ, ਪੰਜਾਬ 'ਚ ਮੈਂ ਵੋਟ ਪਾਉਂਦਾ, ਤਾਂ ਮੈਂ ਉਸ ਤਰੀਕੇ ਨਾਲ ਦੇਖੂੰਗਾ ਵੀ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਇਸ ਟਾਈਮ ਮਸਲਾ ਪਾਣੀਆਂ ਦਾ, ਉਹ ਵੀ ਆਪਣਾ ਕਿਸਾਨਾਂ ਰਿਲੇਟਡ ਆ, ਅਤੇ ਕਿਸਾਨੀ ਦਾ ਜਿਹੜਾ ਦੂਜਾ ਮਸਲਾ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਰੇਟ ਆ ਸਹੀ ਮਿਲਦਾ ਨਹੀਂ, ਉਹ ਕੇਂਦਰ ਸਰਕਾਰ ਨਹੀਂ ਉਹ ਜਿਹੜੀ ਸੂਬੇ ਦੀ ਸਰਕਾਰ ਆ ਉਹ ਤੈਅ ਕਰੇ ਕੀ ਰੇਟ ਹੋਣਾ ਚਾਹੀਦਾ। ਅਤੇ ਜਿਹੜੇ ਦੂਜੇ ਜੇ ਆਪਾਂ ਗੱਲ ਕਰੀਏ ਵੀ ਪੂਰੇ ਭਾਰਤ ਦੇ ਦਾਇਰੇ 'ਚ ਗੱਲ ਕਰਾਂ, ਤਾਂ ਜਿਹੜੇ ਵੱਡੇ ਮਸਲੇ ਨੇ ਉਹ ਇਹ ਆ ਵੀ ਜਿਹੜੇ ਫਿਊਚਰ ਦੇ ਵਿੱਚ ਆਪਾਂ ਨੂੰ ਆਉਣ ਵਾਲੀਆਂ ਪ੍ਰੋਬਲਮਸ ਨੇ, ਪੋਲਿਊਸ਼ਨ ਹੋ ਗਿਆ, ਅਤੇ ਜਿੰਨਾ ਆਪਾਂ ਇਹ ਗੱਲ ਕਹੀਏ ਵੀ ਪੋਲਿਊਸ਼ਨ ਅੱਡ ਅੱਡ ਤਰੀਕੇ ਦਾ, ਜਿਹੜਾ ਵੈਸੇ ਆਪਣੀ ਗੰਦਗੀ ਆ ਉਹ ਵੀ, ਅਤੇ ਜਿਹੜੀ ਏਅਰ ਪੋਲਿਊਸ਼ਨ ਆ ਉਹ ਵੀ, ਉਹਨੂੰ ਕਿਸ ਤਰੀਕੇ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ? ਕਿਉਂਕਿ ਜਿਵੇਂ ਆਪਾਂ ਦੇਖ ਰਹੇ ਹਾਂ ਵਧੂਗੀ ਤਾਦਾਦ ਵਧੂਗੀ ਬੰਦਿਆਂ ਦੀ, ਅਤੇ ਉਹਦੇ ਨਾਲ ਓਨਾ ਹੀ ਜ਼ਿਆਦਾ ਆਪਾਂ ਪੋਲਿਊਸ਼ਨ ਆ, ਅਤੇ ਇਸ ਚੀਜ਼ ਨੂੰ ਜੇ ਨਾ ਕੰਟਰੋਲ ਕੀਤਾ ਗਿਆ ਇਹ ਆਪਣੇ ਵਾਸਤੇ ਹਾਨੀਕਾਰਕ ਹੋ ਸਕਦਾ। ਸਚਿਨ, ਕਿੱਦਾਂ ਦੇਖਦੇ ਹੋ ਪੰਜਾਬ ਦੇ ਮਸਲੇ 'ਤੇ? ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲ ਰਿਹਾ ਅਤੇ ਸੂਬੇ ਦੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਕਿੱਦਾਂ ਦੇਖਦੇ ਹੋ? ਸਰ, ਸਭਸੇ ਪਹਿਲੇ ਤੋਂ ਮੈਂ ਦੇਖਦਾ ਹਾਂ ਕਿ ਹਮ ਯਹਾਂ ਪਰ ਇੱਕ ਸੈਂਟਰਲ ਬਾਤ ਕਰ ਰਹੇ ਹੈ ਕਿ ਅਗਰ 2014 ਸੇ 2019 ਕੋ ਦੇਖਾ ਜਾਏ, MSP ਜੋ ਮਿਨੀਮਮ ਕ੍ਰੋਪ ਰੇਟ ਹੈ ਉਹ 2014 ਮੇਂ ਔਰ 2018-19 ਕੇ ਅੰਦਰ ਉਸਮੇ ਜ਼ਮੀਨ ਆਸਮਾਨ ਕਾ ਫਰਕ ਹੈ। 2014 ਕੇ ਰੇਟ ਆਪ ਦੇਖ ਲੇਂਗੇ, 2019 ਕੇ ਰੇਟ ਦੇਖ ਲੇਂਗੇ, 5 ਸਾਲ ਮੇਂ ਮਿਨੀਮਮ ਜੋ ਹਮਨੇ ਦੇਨਾ ਥਾ ਅਮਾਊਂਟ ਵੋ ਕਿਸਾਨੋਂ ਕੋ ਨਹੀਂ ਮਿਲਾ। ਯੇ ਸੈਂਟਰਲ ਗਵਰਨਮੈਂਟ ਕਾ ਫੇਲੀਅਰ ਹੈ ਇਸ ਪੇ। ਸੈਂਟਰਲ ਗਵਰਨਮੈਂਟ ਨੇ 4.5 ਸਾਲ ਕੀ ਸਰਕਾਰ ਮੇਂ ਐਸਾ ਕੋਈ ਕਾਮ ਹੀ ਨਹੀਂ ਹੋਗਾ ਜੋ ਕਰਵਾਇਆ ਹੈ। ਸੀ ਝੂਠੇ ਵਾਅਦੇ ਕੀਏ, ਚਾਹੇ ਬੇਰੋਜ਼ਗਾਰੀ ਹੋ ਚਾਹੇ ਰੋਜ਼ਗਾਰ ਕਾ ਕਾਮ, ਕਿ ਉਹਨਾਂ ਨੇ ਬਾਤ ਕੀ 2 ਕਰੋੜ ਰੋਜ਼ਗਾਰ ਦੇਂਗੇ ਹਰ ਸਾਲ, 2 ਕਰੋੜ ਕਿਹਾ, 1 ਕਰੋੜ 10 ਲੱਖ ਆਪਕੇ ਸਾਹਮਣੇ ਪਹਿਲੀ ਮੈਨੇ ਬਾਤ ਰੱਖੀ ਤੀ, 1 ਕਰੋੜ 10 ਲੱਖ ਲੋਕੋ ਕੋ ਨੌਕਰੀਆਂ ਸੇ ਨਿਕਾਲ ਦਿਆ, 31 ਮਿਲੀਅਨ ਲੋਕ ਤੋ ਹਮਾਰੇ ਜਿਨਕੋ ਇੰਪਲਾਇਮੈਂਟ ਹੈ ਹੀ ਨਹੀਂ। ਤੋ ਇਨ ਮੁੱਦੋ ਕੀ ਬਾਤ ਨਹੀਂ ਕੀ ਜਾਤੀ, ਸਰਕਾਰ ਇਨ ਮੁੱਦੋ ਕੀ ਬਾਤ ਨਹੀਂ ਰੱਖਤੀ, ਔਰ ਅਗਰ ਸਿਰਫ ਬਾਤ ਕਰਤੇ ਹੈ ਤੋ ਇਲੈਕਸ਼ਨ ਸੇ ਪਹਿਲੇ ਸਿਰਫ ਇੱਕ ਬਾਤ ਕੀ ਜਾਤੀ ਹੈ, ਸਰਜੀਕਲ ਸਟ੍ਰਾਈਕ ਕੀ। ਵੀ ਰਿਸਪੈਕਟ ਆਰਮੀ, ਹਮੇ ਪਤਾ ਹੈ ਕਿ ਆਰਮੀ ਨੇ ਇਹ ਕਾਮ ਕੀਆ, ਬਟ ਸਰਕਾਰ ਆਪਣੇ ਕਾਮ ਕੋ ਮਤ ਛੁਪਾਏ, ਉਨਕੀ ਨਾਕਾਮੀਆਂ ਕੋ ਮਤ ਛੁਪਾਏ, ਔਰ ਸਿਰਫ ਆਪਣੇ ਕਾਮ ਬਤਾਏਗੀ ਤੋ ਸ਼ਾਇਦ ਬਹੁਤ ਸਾਰੇ ਮੁੱਦੇ ਪੰਜਾਬ ਕੇ ਔਰ ਪੂਰੇ ਭਾਰਤ ਕੇ ਸੋਲ ਹੋ ਜਾਏਗੇ। NSUI ਤੋਂ ਸਚਿਨ ਨੇ ਸਿੱਧੇ ਤੌਰ 'ਤੇ ਕਿਹਾ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਬੈਠੀ ਆ ਉਹ ਕਿਤੇ ਨਾ ਫੇਲੀਅਰ ਆ। ਹਰਮਨ, ਤੁਸੀਂ ਕਿੱਦਾਂ ਦੇਖਦੇ ਹੋ ਮੌਜੂਦਾ ਸਮੇਂ ਦੇ ਵਿੱਚ ਕਿਹੜੇ ਮੁੱਦੇ ਜਿਹੜੇ ਅਹਿਮ ਰਹਿਣ ਵਾਲੇ ਨੇ ਲੋਕ ਸਭਾ ਚੋਣਾਂ ਦੇ ਵਿੱਚ? ਕਿਉਂਕਿ ਦੂਸ਼ਣਬਾਜ਼ੀ ਜ਼ਿਆਦਾ ਹੋ ਰਹੀ ਹੈ, ਇੱਕ ਦੂਜੇ ਦੀ ਇਮੇਜ ਜ਼ਿਆਦਾ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕੋਈ ਪੱਪੂ ਕਹਿ ਰਿਹਾ, ਕੋਈ ਚੋਰ ਕਹਿ ਰਿਹਾ, ਚੌਂਕੀਦਾਰ ਚੌਂਕ, ਹੈ ਨਾ? ਤੁਸੀਂ ਕਿੱਦਾਂ ਦੇਖਦੇ ਇਸ ਵਕਤ? ਦੇਖੋ, ਜੋ ਰਹਿਣ ਵਾਲੇ ਨੇ ਉਹ 'ਚ 3 ਚੀਜ਼ਾਂ ਰਹਿਣਗੀਆਂ। ਅੰਧ ਰਾਸ਼ਟਰਵਾਦ ਪਾਕਿਸਤਾਨ ਦਾ ਹੂਆ ਬਣਾ ਕੇ, ਕਸ਼ਮੀਰੀਆਂ ਦਾ ਹੂਆ ਬਣਾ ਕੇ, ਦੂਜੇ ਨੰਬਰ 'ਤੇ ਆਪਣਾ ਹਿੰਦੂ ਮੁਸਲਿਮ ਧਰਮ ਦਾ ਮੁੱਦਾ, ਤੀਜੇ 'ਤੇ ਜਾਤ ਦੇ ਸਮੀਕਰਨ। ਇਹ ਤੋਂ ਬਿਨਾਂ ਭਾਰਤ
मतलब कि हैरानी वाली गल नहीं, वो गोधरा के अंदर हजारा मुसलमान मार के भी इलेक्शन लड़ता रहा है, ये करैक्टर है इन्हों का। इतने लाशों के उत्ते राजनीति हो रही है, तो लोगों के जोड़े मुद्दे ने जोड़े इस तो पहला साथियों ने रखे ने कि भारत के अंदर जो आप कहने कि साडे इलेक्शन हो रहे हैं तो बहुत बड़ी डेमोक्रेसी आ, डेमोक्रेसी लई पहली चीज़ आ इंडिया दी हालतों के अंदर कि फैडरल स्ट्रक्चर होना चाहिए, सूबे नूं वध अधिकार होने चाहिए आ, साडे पानिया के मसले, साडी भाषा के मसले, तो वो साडे मतलब पंजाब के मसले भी ने, साउथ के मसले भी ने, बाकी होर भी जिन्नी स्टेटां के मसले ने, सब नूं अधिकार होने चाहिए ने, पर यह चीज़ा मुद्दे पर कदे आउणगियां भी नहीं। दूजी गल जिहड़ी जॉब का मसला, बेरोजगारी का मसला, मीडिया में कुछ कुछ आउंदी है जी ये मुद्दा गा, पर देखो इलैक्शन के अंदर मुद्दा नहीं बनूगा, तो बेरोजगारी का ਇਹ ਸਿਸਟਮ ਦੇ ਅੰਦਰ ਇਹਨਾਂ ਕੋਲੋਂ ਨਾ ਹੱਲ ਹੋਇਆ, ਉਲਟਾ ਸਮੱਸਿਆ ਵੱਧ ਰਹੀ ਆ। ਉਹ ਸਾਰੇ ਦੇ ਕਾਰਨ ਹੀ ਹੈ ਕਿ ਫਿਰ ਇਹ ਭਾਵਨਾ ਦੇ ਸਿਰ 'ਤੇ ਹੀ ਇਲੈਕਸ਼ਨ ਲੜਨਗੇ, ਭਾਵਨਾ ਦੇ ਸਿਰ 'ਤੇ ਇਲੈਕਸ਼ਨ ਲੜ ਰਹੇ ਨੇ। ਏ ਬੀ ਪੀ ਦੇ ਨਾਲ ਸਾਡੇ ਸਾਥੀ ਮੌਜੂਦ ਨੇ, ਇਹਨਾਂ ਤੋਂ ਪੁੱਛ ਲੈਂਦੇ ਹਾਂ, ਕਹਿ ਰਹੇ ਕਿ ਭਾਵਨਾ ਦੇ ਸਿਰ 'ਤੇ ਇਲੈਕਸ਼ਨ ਲੜੀ ਜਾ ਰਹੀ ਹੈ, ਤੁਸੀਂ ਕਿੱਦਾਂ ਦੇਖਦੇ ਜੀ? ਇਹ ਜੋ ਬਾਤ ਹੈ ਕਿ ਭਾਵਨਾ ਦੇ ਸਿਰ 'ਤੇ ਇਲੈਕਸ਼ਨ ਲੜ ਜਾ ਰਹੀ ਹੈ, ਬਿਲਕੁਲ ਗਲਤ ਹੈ। ਅਗਰ ਆਪ ਦੇਖੋਗੇ ਕਿ जितना विकास 2014 2019 के बीच, चाहे रोड को लेके ले लीजिए, चाहे सुरक्षा को लेके ले लीजिए, और साथ के साथ जब बात करेंगे इस बार जो गरीब परिवारों को आयुष्मान भारत का जो स्वास्थ्य के लिए जो योजना चलाई गई है, कम से कम 11 करोड़ परिवारों को, 11 करोड़ लोगों को नहीं, 11 करोड़ परिवारों को उसका लाभ पहुंचा है, तो उसमें चाहे हिंदू हो चाहे मुसलमान हो, उसमें चाहे कोई दूसरी जाति का हो किसी धर्म का हो, अगर रोड बनेगा तो किसी जाति धर्म के लिए नहीं बनेगा, वो हर व्यक्ति के लिए काम आएगा। तो भावना के सिर पर नहीं, विकास के सिर पर इलेक्शन लड़ रहा है, चाहे 2014 में लड़ा गया था और इस बार भी जो भाजपा है वो बहुमत। SFS कह रही है कि तुहाडे सामने क्या उन्होंने कि लाशों के ऊपर राजनीति हो रही है, तुसीं इस चीज़ नूं कितना देखते? SFS का ये जो कहना है कि लाशों के सिर पर राजनीति हो रही है, ये बिल्कुल गलत है। अब लाशों के सिर पर ये हर चीज़ को जब बढ़ा चढ़ा के बोलेंगे, हर चीज़ को बोलेंगे, कहीं ना कहीं जैसे एक जगह अगर हम देखें कि एक BJP के लीडर ने अभिनंदन की फ़ोटो लगाई थी, उस चीज़ को हम गलत मानते हैं, उस चीज़ को ABJP गलत मानती है कि BJP इस चीज़ में सैनिकों के ऊपर अगर इतनी राजनीति करेगी वो गलत है, लेकिन ऐसा कुछ नहीं है। कि कुछ लीडर्स हैं छोटे मोटे तो उनकी ये कमी है, कुछ लीडर है जेड़े अजि राजनीति करते हैं। सुखमिंदर तुम कि देखते हो, कुछ लीडर का नाम आ गया कि भाजपा के कुछ लीडर इदा की राजनीति करते हैं, तुम मानते हो इस चीज़? देखो ये कोई पहली बार नहीं हो रहा, यह तो भारत की एक राजनीति का एक चेहरा बन चुका कि इतने तुम वोटा जितने के लिए पिछली बार की सारी जी चोण मुहिम से वो नरेंद्र मोदी का एको नारा से मेरी 56 इंच की छाती आ, 56 इंच की छाती आ, 5 सालों के पता नहीं लोगों ने किन्नी क देखी आ, तो हम जो 5 साल लंघ गए ने तो फिर 56 इंच की छाती दिखाने की कोशिश कर रहे हैं। जिहोजिहा मीडिया का रोल रहा, आ जिहड़ा सारा बालाकोट वाला आ घटनाक्रम होया, देखो कश्मीर के हमला होया पुलवामा का, तो उस सिचुएशन एड्रैस करने की बजाय आ साढ़े नाल इतने वीर ABBP के भी खड़े ने, होर विद्यार्थी राजनीतियां NSUI भी खड़ी है, इन्हों भी यह सवाल आए विद्यार्थियों भी कि जिहड़ियां धिरां दे नाल तुसीं जुड़े हो, जिहड़ियां मुख धिरां ने भावें कांग्रेस आ भावें भाजपा, इत्थों दा जिहड़ा भारत दा राजनीतिक ढांचा आ उहदे विच इत्थों दे ही लोग जिन्हां नूं तुसीं अपने लोग कहिंदे हो, वह लोग अपने हकों लिए जो लड़ते हैं तो तुम उन्होंने दबाने लिए उन्होंने उत्ते अतवादी का ठप्पा लाने हो, तो जिहड़ियां उन्हां दीआं हकी मंगां हुंदीआं आ उन्होंने दबाने लिए तुसीं फौज नूं वरतदे हो। पहला पंजाब विच वड्डे पद्धर ते वरती गई, असीं उहदा कहर अपने पिंडां ते चलिया, तो हुण उह कश्मीर चल रहा, तो जदों तुसीं फौज नूं वरतोगे किसी इलाके दे विच तां लोग चुप करके नहीं बैठते हुंदे, तां उह सिचुएशनां बणदीआं ने। जिहड़े लोग उत्थे मर रहे ने भारतीय फौजी, वह कौन ने? वह साढ़े पंजाब दे पिंडां दे आम घरां दे नौजवान ने, साढ़े घरां चों ने, ते जां फिर जिहड़े होर गरीब घरां दे भारत दे हिस्सेयां दे विच उह लोग ने। तो यह गल समझण दी आ कि जिहड़े लोग अज भारत दा राजनीतिक ढांचा चला रहे ने इह लोकां नूं बेवकूफ़ बना रहे आ। इतों जदों तक इस खिते इतों कौमीयतों उन्हों की कौमी आइडेंटिटी के उत्ते उन्हों के हक नहीं दिते जाते, उदों तक भारत के कदे भी जी स्थिरता आसी कहते नहीं आ सकती, तो यह अस्थिरता लिया के राजनीति करना चाहते हैं। तो साड़ी ये मंग, मैं एक गल कहनी चाहना कि साड़ी ये मंग आ कि जदों हुण जी आने वाले समय की राजनीति सानू ये सोचना चाहिए कि जिहड़ियां इत्थों दीआं कौमीयतां ने उन्हां दे कौमी हक ने जिहड़े, भावें उह खित्तियां दे आधारित होवे, दक्षण दे विच होवे, नॉर्थ ईस्ट दे विच होवे, उन्हां दी गल सुनी जावे, उहदे उत्ते गलबात की जावे उन्हां धिरां दे नाल, उन्हां नूं बल्कि वक्खवादी जां अतवादी कह के जे तुसीं निंदोगे गरदानोगे तां मसले कदे नहीं हल होणगे। कितना देखदे सचिन इस चीज़ नूं? इल्ज़ाम ने कि पहलियां वी सरकारां जिहड़ियां रहियां जां हुण मौजूदा ने फौज की वरतों हो रही है सियासी कारण के लिए,
ਅਤੇ ਸਿੱਧੇ ਤੌਰ 'ਤੇ ਜਿਹੜੇ ਕੌਮੀ ਲੋਕ ਨੇ ਉਹਨਾਂ ਦੀਆਂ ਉਹਨਾਂ ਦੇ ਹੱਕ ਜਿਹੜੇ ਆ ਜਦੋਂ ਮੰਗਦੇ ਆ ਤਾਂ ਉਹਨਾਂ ਦੇ ਖਿਲਾਫ਼ ਵੀ ਫੌਜ ਦੀ ਵਰਤੋਂ ਹੁੰਦੀ, ਤੁਸੀਂ ਕਿੱਦਾਂ ਦੇਖਦੇ? ਸਭ ਤੋਂ ਪਹਿਲੇ ਸਰ ਆਪ ਦੇਖਦੇ ਹੈ ਕਿ ਕਭੀ ਵੀ ਹਮਾਰੇ ਕੈਂਪੇਨਿੰਗ ਕੇ ਅੰਦਰ ਹਮ ਆਰਮੀ ਕੇ ਕਿਸੀ ਕਾਮ ਕੋ ਯੂਜ਼ ਨਹੀਂ ਕਰ ਸਕਦੇ। ਇਹਨਾਂ ਨੇ ਇਲਜ਼ਾਮ ਉਹ ਵਾਲੇ ਲਾਏ ਆ ਵੀ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਉਹ ਵੀ ਕੌਮੀ ਹੱਕ ਲੈਣ ਦੇ ਲਈ ਜਦੋਂ ਹੋਇਆ ਸੀ, ਕੌਮੀ ਹੱਕ ਮੰਗੇ ਜਾ ਰਹੇ ਸੀ ਜਾਂ ਸਿੱਖਾਂ ਨੇ ਆਪਣੇ ਹੱਕ ਮੰਗੇ ਸੀ ਉਦੋਂ ਹਮਲਾ ਹੋਇਆ ਸੀ, ਹੁਣ ਜਿਹੜੇ ਬਾਕੀ ਹਮਲੇ ਹੋ ਰਹੇ ਉਹਨਾਂ ਦੀ ਵੀ ਗੱਲ ਕਰ ਰਿਹਾ। ਸਰ ਮੈਂ ਆਪਕੋ ਸਭ ਤੋਂ ਪਹਿਲੇ ਬਤਾਊਂਗੀ, ਅਗਰ ਅਭੀ ਕੀ ਬਾਤ ਕਰੇ ਕਿ ਸਰਕਾਰੇ ਹਮੇਸ਼ਾ ਸੇ ਫਾਇਦਾ ਉਠਾਤੀ ਰਹਿਤੀ ਹੈ, ਫਾਇਦਾ ਉਠਾਤੀ ਆਈ ਹੈ ਕਾਮ ਕਾ, ਆਰਮੀ ਕੇ ਕਾਮ ਕਾ, ਜਾਂ ਕੋਈ ਵੀ ਪੋਲੀਟੀਕਲ ਹਮਾਰੇ ਸਟਰਕਚਰ ਸੇ ਕੋਈ ਕਾਮ ਨਿਕਲਤਾ ਹੈ ਤੋ ਉਸਕਾ ਫਾਇਦਾ ਉਠਾਤੀ ਰਹਿਤੀ ਹੈ। ਔਰ 84 ਮੇਂ ਵੀ ਇਹ ਹੁਆ ਹੈ, ਐਸੀ ਸਰਕਾਰੋਂ ਕੋ ਹਮ ਹਮੇ ਜਵਾਬ ਦੇਣਾ ਹੈ, ਹਮਾਰੇ ਜੈਸੀ ਯੂਥ ਆਗੇ ਨਿਕਲੇਗੀ, ਅਗਰ ਹਮਾਰੇ ਜੈਸੀ ਯੂਥ ਪੋਲੀਟਿਕਸ ਮੇਂ ਜਾਏਗੀ, ਐਸੇ ਸਟੈਪ ਲੈਣੇ ਸੇ ਹਮਾਰੇ, ਸਭ ਸੇ ਪਹਿਲੇ ਹਰਮਨ ਨੇ ਬਾਤ ਕਰੀ ਕਿ ਹਮਾਰਾ ਸਟਰਕਚਰ ਫੈਡਰਲ ਹੋਣਾ ਚਾਹੀਏ, ਹਮਾਰੇ ਕੰਟਰੀ ਕੇ ਸਟਰਕਚਰ ਮੇਂ, ਪੋਲੀਟੀਕਲ ਸਟਰਕਚਰ ਮੇਂ ਹਮਾਰੀ ਪਾਵਰ ਸੈਂਟਰ ਕੇ ਪਾਸ ਇਤਨੀ ਹੈ ਕਿ ਸਟੇਟ ਐਂਜੋਏ ਹੀ ਨਹੀਂ ਕਰਤਾ ਪਾਵਰ ਕੋ, ਸਟੇਟ ਕੇ ਪਾਸ ਉਤਨੀ ਪਾਵਰ ਨਹੀਂ ਹੈ ਕਿ ਆਪਣੇ ਮੁੱਦੇ ਆਗੇ ਰੱਖੇ, ਉਹ ਮੁੱਦੋ ਕੋ ਸੋਲਵ ਕਰੇ, ਜਬ ਸਟੇਟ ਕੇ ਹੱਕ ਮੇਂ ਵੋ ਆਏਗਾ ਸਟੇਟ ਉਸਮੇਂ ਕਾਮ ਕਰ ਸਕਤਾ ਹੈ। ਔਰ ਰਹੀ ਆਰਮੀ ਕੀ ਬਾਤ, ਪਹਿਲੇ 84 ਸੇ ਵੀ ਲੈ ਕੇ ਬਹੁਤ ਐਸੇ ਬਹੁਤ ਹਰ ਸਾਲ ਹੀ ਐਸੇ ਕਾਮ ਹੋਏ ਹੈ, ਹਮੇਸ਼ਾ 2002 ਕਾ ਬਾਤ ਉਠਾਏ, 84 ਕੀ ਬਾਤ ਉਠਾ ਲੇ ਜਾਂ ਅਭੀ 2019 ਕੀ ਉਠਾ ਲੇ, ਸਰਕਾਰ ਨੇ ਹਮੇਸ਼ਾ ਸੇ ਹੀ ਲੋਕੋ ਕੇ ਸਾਥ ਧੱਕਾ ਕੀਆ, ਉਨਕੇ ਇਮੋਸ਼ਨਸ ਕੇ ਸਾਥ ਖੇਲੀ ਹੈ। ਔਰ ਅਗਰ ਆਪਕੀ ਅਗਰ ਕਰੰਟ ਬਾਤ ਕਰੇ, ਬੀਜੇਪੀ ਸਰਕਾਰ ਸ਼ਹਾਦਤ ਪੇ ਵੋ ਕਿਆ ਕਰਨਾ, ਹਮੇ ਇਲੈਕਸ਼ਨ ਜਿੱਤਣਾ ਹੈ, ਉਨਕਾ ਸਿਰਫ ਇੱਕ ਪ੍ਰਾਈਮ ਮੋਟਿਵ ਹੈ ਕਿ ਪੁਲਵਾਮਾ ਅਟੈਕ ਸੇ ਜਿਤਨੇ ਲੋਕੋ ਕੇ ਅੰਦਰ ਗੁੱਸਾ ਥਾ ਉਸਕੋ ਇੱਕ ਊਰਜਾ ਮੇਂ ਕ੍ਰੀਏਟ ਕਰਕੇ 2019 ਕਾ ਚੁਣਾਵ ਜਿੱਤਣਾ ਹੈ, ਇਹ ਸ਼ਾਇਦ ਬੀਜੇਪੀ ਸਰਕਾਰ 2019 ਮੇਂ ਕਰਨਾ ਚਾਹੁੰਦੀ ਹੈ। ਪ੍ਰਿੰਸ, ਤੁਹਾਡੀ ਪਾਰਟੀ ਦੀ ਭਾਈਵਾਲ ਪਾਰਟੀ 'ਤੇ ਇਲਜ਼ਾਮ ਲੱਗੇ ਨੇ ਕਿ ਪੁਲਵਾਮਾ ਹਮਲੇ ਦੀ ਕਿਤੇ ਨਾ ਕਿਤੇ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, ਤੁਸੀਂ ਕਿੱਦਾਂ ਦੇਖ? ਦੇਖੋ ਬਈ ਜੀ, ਇਹ ਤਾਂ ਆਪਣੇ ਦੇਸ਼ ਦਾ ਇੱਕ ਤਰੀਕਾ ਹੀ ਬਣ ਚੁੱਕਿਆ ਵੀ ਰਿਲੀਜੀਅਸ ਕਾਰਡ ਪਲੇ ਕੀਤਾ ਜਾਊਗਾ ਹਰ ਇਲੈਕਸ਼ਨ ਦੇ ਨੇੜੇ, ਜਾਂ ਫਿਰ ਕੁਛ ਨਾ ਕੁਛ ਐਵੇਂ ਦਾ ਕੀਤਾ ਜਾਊਗਾ। 84 ਦੀ ਗੱਲ ਕਹੀਏ ਤਾਂ ਇਹ ਆਪਣੇ ਜਿਹੜੇ ਇਲਜ਼ਾਮ ਜਿਹੜੇ ਕਾਂਗਰਸ ਦੇ ਉੱਤੇ ਲੱਗਦੇ ਆ, ਇਹ ਆਪਣੇ ਆਪ ਨੂੰ ਉਸ ਚੀਜ਼ ਨੂੰ ਢੱਕਣ ਲਈ ਹੁਣ ਇਹ ਕਹਿੰਦੇ ਵੀ ਹਾਂਜੀ ਪੁਲਵਾਮਾ ਅਟੈਕ, ਇਹ ਆਪਾਂ ਸਾਰੀਆਂ ਗੱਲਾਂ, ਮੈਂ ਤਾਂ ਮੁੱਕ ਦੀ ਗੱਲ ਇੱਥੇ ਆਉਂਦੇ ਹਾਂ ਵੀ ਹਾਂ ਵੀ ਇਲਜ਼ਾਮ ਲੱਗਦੇ ਆ, ਸਾਰਾ ਕੁਛ ਹੁੰਦਾ, ਰਿਲੀਜੀਅਸ ਕਾਰਡ ਪਲੇ ਕੀਤੇ ਜਾਂਦੇ ਆ, ਬਟ ਲੋੜ ਆ ਜਿਹੜਾ ਵੋਟਰ ਆ ਉਹਨੂੰ ਜਾਗਣ ਦੀ, ਉਹਨੂੰ ਇਹ ਦੇਖਣ ਦੀ ਵੀ ਕੰਪੈਰੀਜ਼ਨ ਕਰਕੇ ਕੀ ਵੋਟ ਪਾਉਣੀ ਆ। ਮੈਂ ਇੱਕ ਵੋਟਰ ਹਾਂ, ਮੈਨੂੰ ਪਤਾ ਵੀ ਹਾਂ ਵੀ ਠੀਕ ਆ ਵੀ ਮੈਨੂੰ ਕੀ ਲੱਗਦਾ, ਮੈਨੂੰ ਲੱਗਦਾ ਬਾਕੀ ਮੇਰੇ ਖਿੱਤੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਚੇਂਜ ਆਇਆ, ਮੈਂ ਉਧਰਲੇ ਪਾਸੇ ਵੋਟ ਪਾਊਂਗਾ। ਅੱਜ ਆਪਾਂ ਗੱਲ ਕਹੀਏ ਰਿਲੀਜੀਅਸ ਕਾਰਡ ਪਲੇ ਕਰਨ ਦੇ ਉੱਤੇ, ਉਹਦੇ ਉੱਤੇ ਜਦ ਆਪਾਂ ਵੋਟ ਡਿਪੈਂਡ ਉਹਦੇ 'ਤੇ ਹੋ ਜਾਂਦੀ ਆ, ਫਿਰ ਆਪਣਾ ਗੱਲ ਕਹੀਏ ਸਰਕਾਰ ਉਵੇਂ ਦੀ ਬਣੂਗੀ, ਉਵੇਂ ਦੀ ਸਰਕਾਰ ਬਣੇਗੀ। ਮਹਿਤਾਬ, ਤੁਸੀਂ ਕਿੱਦਾਂ ਦੇਖਦੇ ਹੋ, ਕਿਹੜੇ ਕਿਹੜੇ ਮੁੱਦੇ ਜਿਹੜੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਰਹਿਣੇ ਚਾਹੀਦੇ ਨੇ, ਜਿਹੜਿਆਂ ਦੇ ਬਾਰੇ ਗੱਲ ਨਹੀਂ ਹੋ ਰਹੀ, ਜਿੱਦਾਂ ਹਰਮਨ ਨੇ ਕਿਹਾ ਕਿ ਸਿਰਫ ਧਰਮ ਨੂੰ ਵਰਤੋਂ ਕੀਤੀ ਜਾ ਰਹੀ ਹੈ ਜਾਂ ਜਿਹੜੇ ਇੱਦਾਂ ਦੇ ਵੰਡ ਪਾ ਕੇ ਸਿਆਸਤ ਹੋ ਰਹੀ ਹੈ, ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਨੇ ਜਿਹੜੇ ਨਹੀਂ ਚੱਕੇ ਜਾ ਰਹੇ? ਜਿਸ ਤਰ੍ਹਾਂ ਸਾਡੇ ਖੇਤਰ ਦੇ, ਕਿਉਂਕਿ ਮੈਂ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦਾ ਹੈਗਾ, ਹੈ ਨਾ, ਅਤੇ ਸਾਡੇ ਲਈ ਇਸ ਸਮੇਂ ਧਰਮ ਜਾਂ ਇਹ ਵੱਡੇ ਮੁੱਦੇ ਨਹੀਂ, ਸਾਡੇ ਲਈ ਕੋਈ ਕਸ਼ਮੀਰ ਦਾ ਕੋਈ ਵੱਡਾ ਮੁੱਦਾ ਨਹੀਂ, ਅਸੀਂ ਕੈਂਸਰ ਬੈਲਟ ਤੋਂ ਆਉਂਦੇ ਹਾਂ, ਸਾਡੇ ਲਈ ਮੁੱਦਾ ਹੈਗਾ ਕਿ ਸਾਡੇ ਕੋਲ ਪੀਣ ਲਈ ਪਾਣੀ ਸਾਫ਼ ਨਹੀਂ ਗਾ, ਠੀਕ ਆ, ਸਾਡੇ ਹਵਾ ਦੇ ਵਿੱਚ ਜ਼ਹਿਰ ਆ, ਸਾਡੇ ਹੱਡਾਂ ਦੇ ਵਿੱਚ ਯੂਰੀਆ ਪਾ ਪਾ ਕੇ ਇਹਨਾਂ ਨੇ ਹਰੀ ਕ੍ਰਾਂਤੀ ਦਾ ਟੀਕਾ ਲਾਇਆ, ਜਿਹੜਾ ਉਹ ਨਹੀਂ ਸਾਡੇ ਤੋਂ ਨਿਕਲ ਪਾ ਰਿਹਾ, ਸਾਡੇ ਜਿਹੜਾ ਝੋਨਾ ਧੱਕੇ ਨਾਲ ਸਾਨੂੰ ਵਾੜਿਆ ਗਿਆ, ਠੀਕ ਆ, ਸਾਡਾ ਪਾਣੀ ਅਸੀਂ ਸਾਰਾ ਤੋਰ ਰਹੇ ਹਾਂ ਪੰਜਾਬ ਤੋਂ ਬਾਹਰ, ਪਾਣੀਆਂ ਦਾ ਸਾਡਾ ਇੱਕ ਮੁੱਖ ਮੁੱਦਾ ਆ ਕਿ ਤੁਸੀਂ ਦੇਖਿਆ ਜਾਵੇ ਤਾਂ ਆਉਣ ਵਾਲੇ 15 ਤੋਂ 20 ਸਾਲ ਬਾਅਦ ਇੱਥੇ ਪੀਣ ਨੂੰ ਪਾਣੀ ਨਹੀਂ ਰਹਿਣਾ ਗਾ, ਅਤੇ ਇੱਥੇ ਇਕੱਲਾ ਮਤਲਬ ਆਰੀਏ ਸੱਭਿਅਤਾ ਤੋਂ ਪਹਿਲਾਂ ਦੀ ਸੱਭਿਅਤਾ ਜਿਹੜੀ ਹੜੱਪਾ ਸੱਭਿਅਤਾ ਦੇ ਅਸੀਂ ਜਿਹੜੇ ਵੰਸ਼ਜ ਹਾਂ, ਇਹ ਪੂਰੀ ਦੀ ਪੂਰੀ ਸੱਭਿਅਤਾ ਖਤਮ ਹੋ ਰਹੀ ਆ ਇੱਥੋਂ, ਅਤੇ ਅਸੀਂ ਮਤਲਬ ਜਿਹੜਾ ਅਸੀਂ ਆਪਦੇ ਜਿਹੜਾ ਸਾਡਾ ਲੋਕ ਸਭਾ ਤੋਂ ਉਮੀਦਵਾਰ ਹੈਗੇ ਸੀ ਉਹਨਾਂ ਤੱਕ ਵੀ ਇਹ ਚਿੱਠੀ ਦੇ ਤੌਰ 'ਤੇ ਪਹੁੰਚਾ ਰਹੇ ਹਾਂ ਕਿ ਘੱਟੋ ਘੱਟ ਇਸ ਨੂੰ ਆਪਦੇ ਮੁੱਖ ਮੁੱਦਿਆਂ ਦੇ ਵਿੱਚ ਰੱਖਿਆ ਜਾਵੇ, ਪਾਣੀਆਂ ਦੇ ਮੁੱਦੇ ਨੂੰ। ਉਸ ਤੋਂ ਬਾਅਦ ਜਿਹੜਾ ਹੈਗਾ ਕਿ ਸਾਡੇ ਨੌਜਵਾਨ ਇੱਥੋਂ ਦੇ ਪੰਜਾਬ ਦੇ ਜਿਨ੍ਹਾਂ ਦੀ ਵੀ 60% ਤੋਂ ਉੱਤੇ ਪਰਸੈਂਟੇਜ ਆਉਂਦੀ ਆ, ਉਹ ਆਈਲੈਟਸ ਕਰਦੇ ਬਾਹਰ ਨਿਕਲ ਜਾਂਦੇ ਆ, ਰੋਜ਼ ਦੇ 900 ਤੋਂ 1300 ਤੱਕ ਦੇ ਬੱਚੇ, 900 ਤੋਂ 1300 ਗਿਣਤੀ ਆ ਜਿਹੜੇ ਬੱਚੇ ਰੋਜ਼ ਆਈਲੈਟਸ ਦਾ ਪੇਪਰ ਦਿੰਦੇ ਆ, ਤਾਂ ਇੱਥੇ ਜਿਹੜੇ ਪੰਜਾਬੀ ਜਿਹੜੇ ਹੈਗੇ ਆ ਉਹ ਬਾਹਰ ਨੂੰ ਪ੍ਰਵਾਸ ਕਰ ਰਹੇ ਆ, ਉਹਨਾਂ ਹੈ ਨਾ, ਉਹਨਾਂ ਲਈ ਉਹ ਕਿਉਂਕਿ ਉਹਨਾਂ ਦੀ ਮਜਬੂਰੀ ਆ, ਕਿਉਂ ਪਾਣੀ ਮਿਲ ਨਹੀਂ ਰਿਹਾ, ਹਵਾ ਦੂਸ਼ਿਤ ਹੋ ਰਹੀ ਹੈ। ਸੁਖਮਿੰਦਰ ਨੇ ਵੀ ਇਹੀ ਮੁੱਦਾ ਰੱਖਿਆ, ਹਰਮਨ ਮਹਿਤਾਬ ਨੇ ਵੀ ਅਤੇ ਪ੍ਰਿੰਸ ਨੇ ਵੀ ਇਹੀ ਗੱਲ ਕਹੀ ਕਿ ਪਾਣੀ ਮੁੱਦਾ ਹੋਣਾ ਚਾਹੀਦਾ ਹੈ, ਪਰ ਤੁਸੀਂ ਕਹਿ ਰਹੇ ਕਿ ਪਾਣੀ ਮੁੱਦਾ ਨਹੀਂ ਹੈਗਾ ਵਿੱਚ? ਨਹੀਂ, ਮੈਂ ਕਹਿ ਰਿਹਾ ਕਿ ਮੁੱਦਾ ਹੈ, ਮੈਂ ਕਹਿੰਦਾ ਮੁੱਦਾ ਬਣੂਗਾ ਨਹੀਂ, ਮੁੱਦੇ ਉਹੀ ਹੋਣੇ ਆ, ਕਾਸ ਸਮੀਕਰਨ ਹੋਣਾ, ਹਵਾਬਾਜ਼ੀ ਹੋਣੀ ਆ, ਇਸ ਤੋਂ ਬਿਨਾਂ ਮੁੱਦੇ ਬਣਨਗੇ ਨਹੀਂ। ਹਾਂ, ਬਹੁਤ ਗੰਭੀਰ ਮੁੱਦਾ ਗਾ ਪਾਣੀ ਦਾ, ਹਰੀ ਕ੍ਰਾਂਤੀ ਦੇ ਨਾਲ ਜੁੜਿਆ ਹੋਇਆ ਮੁੱਦਾ ਗਾ। ਕਿਉਂ ਨਹੀਂ ਚੱਕਿਆ ਜਾ ਰਿਹਾ, ਕਿਉਂ ਨਹੀਂ ਗੰਭੀਰ ਮੁੱਦਾ ਬਣ ਰਿਹਾ ਕਿ ਅਸੀਂ ਸਾਡੇ ਵਿੱਚ ਕਮੀ ਆ, ਨੌਜਵਾਨਾਂ ਦੇ ਵਿੱਚ ਕਮੀ ਆ ਜਾਂ ਯੂਥ ਦੇ ਵਿੱਚ ਕਮੀ ਆ ਜਿਹੜੀ ਇਹ ਮੁੱਦੇ ਨੂੰ ਅੱਗੇ ਨਹੀਂ ਲਿਆ ਰਹੇ, ਕਿਉਂਕਿ ਹੁਣ ਯੂਥ ਅੱਗੇ ਨਾਲੋਂ ਕਾਫੀ ਐਕਟਿਵ ਹੋ ਚੁੱਕਾ। ਦੇਖੋ, ਲੈ
ਮਤਲਬ ਦਿਮਾਗ ਜ਼ਹਿਰ ਭਰਨ, ਲੋਕਾਂ ਦੇ ਸਮਾਜ ਦੇ ਦਿਮਾਗ ਦੇ ਅੰਦਰ ਜ਼ਹਿਰ ਭਰਨ ਦੇ ਅੰਦਰ RSS ਤੋਂ ਨਹੀਂ ਪਿੰਡਾਂ 'ਚ ਜਾ ਕੇ ਉਹਨਾਂ ਜ਼ਹਿਰ ਭਰਿਆ ਜਾ ਰਿਹਾ ਜਿੰਨਾ ਮੀਡੀਆ ਭਰ ਰਿਹਾ, ਜਿੰਨਾ ਬੈਠਾ ਜੀ ਨਿਊਜ਼ ਭਰ ਰਿਹਾ, ਜਿੰਨਾ ਬੈਠਾ ਅੱਜ ਤੱਕ ਭਰ ਰਿਹਾ ਹੈਗਾ, ਤਾਂ ਉਹ ਜਿਹੜਾ ਜ਼ਹਿਰ ਆ ਉੱਥੇ ਮੁੱਦੇ ਕਿਹੜੇ ਆਉਣਗੇ? ਉਹ ਤਾਂ ਸਾਰੀ ਦਿਹਾੜੀ ਜਹਾਜ਼ ਹੀ ਉਡਾਈ ਜਾਂਦੇ ਨੇ ਪੁਲਵਾਮਾ ਤੋਂ ਬਾਅਦ, ਉੱਥੇ ਮੁੱਦਾ ਜਿਹੜਾ ਲੋਕਾਂ ਦੇ ਅੰਦਰ ਮੁੱਦੇ ਉਹ ਬਣ ਰਹੇ ਨੇ ਜੋ ਮੀਡੀਆ। ਤਾਂ ਇਲੈਕਸ਼ਨ ਦਾ ਜਿਹੜਾ ਪੈਟਰਨ ਆ, ਜਿਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਹਾਂ, ਕਾਰਪੋਰੇਟ ਕੰਟਰੋਲਡ ਆ ਪੂਰਾ, ਮੀਡੀਆ ਕਾਰਪੋਰੇਟ ਕੰਟਰੋਲਡ ਆ, ਪੋਲੀਟੀਕਲ ਪਾਰਟੀਜ਼ ਨੂੰ ਫੰਡਿੰਗ ਕਾਰਪੋਰੇਟ ਦੇ ਉੱਤੇ ਡਿਪੈਂਡੈਂਸੀ ਆ, ਤਾਂ ਕਾਰਪੋਰੇਟ ਦੇ ਲਈ ਇਹ ਮੁੱਦੇ ਨਹੀਂ ਹੈਗੇ। ਕਾਰਪੋਰੇਟ ਦੇ ਲਈ ਮੁੱਦੇ ਕੀ ਨੇ ਕਿ ਬਜਟ ਦੇ ਅੰਦਰੋਂ ਸਾਨੂੰ ਛੋਟਾਂ ਵੱਧ ਤੋਂ ਵੱਧ ਦੇਵੋ, ਠੀਕ ਆ, FDI ਵੱਧ ਤੋਂ ਵੱਧ ਅਲਾਓ ਕਰੋ, ਕਿ ਜੋ ਈਸਟ ਇੰਡੀਆ ਕੰਪਨੀ ਇੱਥੋਂ ਲੁੱਟ ਰਹੀ ਸੀ, ਅੱਜ ਲੱਖਾਂ ਈਸਟ ਇੰਡੀਆ ਕੰਪਨੀ ਸਾਡੇ ਦੇਸ਼ ਨੂੰ ਲੁੱਟ ਰਹੀਆਂ ਨੇ, ਤਾਂ ਉਹ ਇਹ ਮੁੱਦਾ ਬੰਨ ਹੀ ਨਹੀਂ ਦੇਣਗੇ ਕਦੇ ਵੀ। ਤਾਂ ਸਾਡਾ ਇਕਨੋਮਿਕ ਮਾਡਲ ਦੇ ਉੱਤੇ, ਸਾਡੀ ਦੇਸ਼ ਦੇ ਉੱਤੇ ਵਰਲਡ ਬੈਂਕ ਦੇ ਜ਼ਰੀਏ ਬੜੀਆਂ MNC TNCs ਜੋ ਅੰਬਾਨੀ ਵਰਗੇ ਜਿਹਨਾਂ ਨਾਲ ਰਲੇ ਹੋਏ ਨੇ, ਤਾਂ ਉਹਨਾਂ ਦਾ ਕਬਜ਼ਾ ਇਕਨੋਮੀ ਦੇ ਉੱਤੇ, ਤਾਂ ਉਹ ਮੀਡੀਆ ਦੇ ਉੱਤੇ ਵੀ ਕਬਜ਼ਾ, ਤਾਂ ਇਲੈਕਸ਼ਨ ਉਹਨਾਂ ਦੇ ਹਿਸਾਬ ਨਾਲ ਚੱਲਣਗੀਆਂ। ਮੀਡੀਆ ਦੇ ਉੱਪਰ ਕਬਜ਼ਾ ਹੈਗਾ ਇਸ ਵਕਤ, ਅਤੇ ਮੀਡੀਆ ਦੀ ਦੁਰਵਰਤੋਂ ਹੋ ਰਹੀ ਹੈ ਸਿੱਧੇ ਤੌਰ 'ਤੇ, ਤੁਸੀਂ ਕਿੱਦਾਂ ਦੇਖਦੇ ਹੋ ਮੀਡੀਆ ਨੂੰ ਕਬਜ਼ੇ ਦੇ ਵਿੱਚ ਕਰਕੇ ਕਹਿੰਦੇ ਸਿਆਸਤ ਦੀ ਜਿਹੜਾ ਪੱਤਾ ਖੇਡਣ ਦੀ ਕੋਸ਼ਿਸ਼ ਹੋ ਰਹੀ ਹੈ? ਜੋ ਮੀਡੀਆ ਹੈ, ਮੀਡੀਆ ਕੋ ਵੀ ਨਿਸ਼ਪਕਸ਼ ਹੋਣਾ ਚਾਹੀਏ। ਮੀਡੀਆ ਕਾ ਕਾਮ ਹੈ ਕਿ ਸਰਕਾਰ ਕੋ ਬਤਾਨਾ ਕਿ ਉਸਕੇ ਬਾਰੇ ਮੇਂ ਕਿ ਸਰਕਾਰ ਜਹਾਂ ਗਲਤ ਹੈ ਸਹੀ ਹੈ। ਅਬ ਜੋ ਬਹੁਤ ਸੇ ਚੈਨਲ ਹੈ, ਚਾਹੇ ਉਸਮੇਂ NDTV ਹੈ, ਚਾਹੇ ਉਹ ਜੀ ਨਿਊਜ਼ ਹੈ, ਇੱਕ ਬਿਲਕੁਲ ਹੀ ਪਕਸ਼ ਮੇਂ ਬੋਲੇਗਾ, ਇੱਕ ਬਿਲਕੁਲ ਹੀ ਖਿਲਾਫ ਬੋਲੇਗਾ, ਤੋ ਉਸ ਚੀਜ਼ ਕੋ ਬਿਲਕੁਲ ਧਿਆਨ ਮੇਂ ਰੱਖਣਾ ਚਾਹੀਏ ਕਿ ਮੀਡੀਆ ਕਾ ਬਹੁਤ ਅਹਿਮ ਰੋਲ ਰਹਿਤਾ ਹੈ ਇਲੈਕਸ਼ਨਸ ਮੇਂ, ਔਰ ਭਾਰਤ ਮੇਂ ਕੋਈ ਵੀ ਕ੍ਰਿਆ ਹੋ, ਪ੍ਰਕਿਰਿਆ ਹੋ, ਤੋ ਉਸਮੇਂ ਮੀਡੀਆ ਕਾ ਇੱਕ ਸਕਾਰਾਤਮਕ ਰੋਲ ਰਹਿਣਾ ਚਾਹੀਏ। ਪਰ ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿੱਦਾਂ ਦੇਖਦੇ? ਜਦੋਂ ਪੁਲਵਾਮਾ ਹਮਲਾ ਹੁੰਦਾ ਉਸ ਵਕਤ ਹਰ ਮੀਡੀਆ ਦੇ ਅਦਾਰੇ ਦੇ ਉੱਪਰ, ਹਰ ਮੀਡੀਆ ਚੈਨਲ ਦੇ ਉੱਪਰ ਇਹੀ ਗੱਲ ਹੋ ਰਹੀ ਸੀ, ਹਮਲਾ ਕਰੋ, ਅਟੈਕ ਕਰੋ, ਅਟੈਕ ਕਰੋ। ਤੁਹਾਨੂੰ ਲੱਗਦਾ ਕਿ ਅਟੈਕ ਜਿਹੜੇ ਦੋ ਦੇਸ਼ਾਂ ਦੇ ਵਿੱਚ ਇਹ ਆਪਾਂ ਕਹਿ ਲਈਏ ਵੀ ਖਟਾਸ ਆ, ਉਹਨੂੰ ਖਤਮ ਕਰਨ ਦਾ ਇੱਕ ਜ਼ਰੀਆ ਬਣ ਸਕਦਾ? ਕਭੀ ਕਭਾਰ ਜਬ ਹਮ ਦੇਖਤੇ ਹੈ ਨਾ ਕਿ ਜੋ ਬਿਲਕੁਲ ਹੀ ਅਧਰਮੀ ਲੋਕ ਹੋ, ਜੋ ਬਿਲਕੁਲ ਹੀ ਵਿਗੜੇ ਹੋਏ ਲੋਕ ਹੋ, ਜੋ ਸੁਧਰਨੇ ਕੀ ਕੋਸ਼ਿਸ਼ ਨਾ ਕਰੇ, ਜਬ ਹਮ 1947 ਸੇ ਬਾਤ ਕਰੇ, ਜਬ ਸ਼ੁਰੂ ਸੇ ਇਹ ਲੋਕ ਹਮਾਰੇ ਉੱਪਰ ਅਟੈਕ ਕਰ ਰਹੇ ਹੈਂ, ਹਮੇਸ਼ਾ ਸ਼ੁਰੂ ਪਾਕਿਸਤਾਨ ਨੇ ਕੀ ਹੈ, ਤੋ ਕਈ ਵਾਰ ਇਨਕੋ ਸਬਕ ਸਿਖਾਣੇ ਕੇ ਲੀਏ ਜ਼ਰੂਰੀ ਹੈ ਇਨ ਪੇ ਅਟੈਕ ਕਰਨਾ। ਜੈਸੇ ਅਗਰ ਆ ਮਹਾਭਾਰਤ ਕੀ ਬਾਤ ਲੋ, ਤੋ ਭਗਵਾਨ ਕ੍ਰਿਸ਼ਨ ਨੇ ਕਿਹਾ ਥਾ ਕਿ ਜੋ ਅਧਰਮੀ ਲੋਕ ਹੈ ਨਾ, ਉਨਕੋ ਧਰਮ ਸਿਖਾਣੇ ਕੇ ਲੀਏ ਇੱਕ ਵਾਰ ਹਥਿਆਰ ਉਠਾਉਣਾ ਜ਼ਰੂਰੀ ਹੈ, ਤੋ ਪਾਕਿਸਤਾਨ ਵੀ ਐਸੇ ਹੀ ਅਧਰਮੀ ਹੈ ਕਿ ਇਨਕੋ ਇੱਕ ਵਾਰ ਤੋਂ ਸਿਖਾਉਣਾ ਜ਼ਰੂਰੀ ਹੈ। ਪਰ ਉੱਥੋਂ ਦਾ ਪ੍ਰਧਾਨ ਮੰਤਰੀ ਤਾਂ ਇਹ ਕਹਿ ਰਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਹਾਂ, ਉਹ ਤਾਂ ਹਮੇਸ਼ਾ ਸ਼ੁਰੂ ਸੇ ਹੀ ਕਹਿ ਰਿਹਾ, ਥੋੜ੍ਹੇ 2014 ਵੀ ਕਿਹਾ ਤਾਂ ਗੱਲਬਾਤ ਕੀ ਵੀ ਉਨਕੇ ਸਾਥ, ਉਸਕੇ ਬਾਅਦ ਪਰਿਣਾਮ ਕਿਆ ਮਿਲੇ, ਪਹਿਲੇ ਵੀ ਗੱਲਬਾਤ ਕੀ ਤੀ ਤੋ ਬਾਤ ਤੋਂ ਆਜ ਤੱਕ ਕੋਈ ਪਰਿਣਾਮ ਤੋਂ ਮਿਲੇ ਨਹੀਂ। ਉਨਕੀ ਤਰਫ ਸੇ ਆਤੰਕਵਾਦੀ ਹਮਲਾ ਤੋ ਹਰ ਬਾਰ ਹੁਆ, ਐਸਾ ਹੁਆ ਤੋ ਨਹੀਂ ਕਭੀ ਉਨਕੇ ਵਹਾਂ ਹਮੇਸ਼ਾ ਆਤੰਕਵਾਦ ਕੇ ਜੋ ਅੱਡੇ ਹੈ ਵੋ ਚਲਤੇ ਰਹੇ, ਐਸਾ ਕਭੀ ਨਹੀਂ ਹੁਆ ਕਿ ਵਹਾਂ ਪ੍ਰਧਾਨ ਮੰਤਰੀ ਨੇ ਕਿਹਾ ਔਰ ਉਹਨੇ ਪ੍ਰਧਾਨ ਮੰਤਰੀ ਕੀ ਬਾਤ ਮਾਨੀ ਹੋ ਜਾਂ ਕੁਛ ਵੀ, ਪ੍ਰਧਾਨ ਮੰਤਰੀ ਨੇ ਵਹਾਂ ਕੋਈ ਸਖਤ ਐਕਸ਼ਨ ਲਿਆ ਹੋ। ਸੁਖਮਿੰਦਰ, ਮੀਡੀਆ ਕੰਟਰੋਲ ਕੀਤਾ ਜਾ ਰਿਹਾ, ਮੀਡੀਆ ਦੀ ਕੰਟਰੋਲ ਕਰਕੇ ਉਹਦੀ ਵਰਤੋਂ ਹੋ ਰਹੀ ਹੈ, ਸਿਆਸੀਕਰਨ ਕੀਤਾ ਜਾ ਰਿਹਾ, ਤੁਸੀਂ ਕਿੱਦਾਂ ਦੇਖਦੇ? ਇਹ ਪਹਿਲੀ ਵਾਰ ਨਹੀਂ ਹੋ ਰਿਹਾ ਜੀ। ਅਸੀਂ ਤਾਂ ਜੋ 1984 'ਚ ਪੰਜਾਬ 'ਚ ਹੋਇਆ, ਜਦੋਂ ਤੁਸੀਂ ਉਹਨੂੰ ਸਾਰੇ ਨੂੰ ਸਰਵੇਖਣ ਕਰਦੇ ਹੋ, ਅਨੈਲਿਸਿਸ ਕਰਦੇ ਹੋ ਉਹਦਾ, ਤਾਂ ਜਿਹੜਾ ਮੀਡੀਆ ਨੇ ਉਦੋਂ ਰੋਲ ਨਿਭਾਇਆ, ਉਹ ਮਤਲਬ ਸਾਡੇ ਸਾਹਮਣੇ ਆ ਜਾਂਦਾ ਕਿ ਮੀਡੀਆ ਹਮੇਸ਼ਾ ਹੀ, ਆਪਾਂ ਕਹਿ ਲਈਏ ਕਿ ਦੋ ਚੀਜ਼ਾਂ ਨੇ, ਇੱਕ ਤਾਂ ਜਾਂ ਸਰਕਾਰ ਦੇ ਪੱਖ 'ਚ ਹੁੰਦਾ ਆ, ਜੇ ਤਾਂ ਸਰਕਾਰ ਦੇ ਵਿੱਚ ਕਾਂਗਰਸ ਅਤੇ BJP ਦੀ ਲੜਾਈ ਆ, ਫਿਰ ਜਿਹੜਾ ਵੱਧ ਪੈਸਾ ਸੁੱਟ ਦੋ ਉਹਦੇ ਪੱਖ 'ਚ ਆ, ਅਤੇ ਜਦੋਂ ਕਿਸੇ ਕੌਮੀਅਤ ਦੇ ਨਾਲ ਸੈਂਟਰ ਦੀ ਲੜਾਈ ਆ ਜਾਂਦੀ ਹੈ ਆਪਣੇ ਵੱਧ ਹੱਕ ਲੈਣ ਦੀ, ਉਦੋਂ ਸੈਂਟਰ ਦੇ ਪੱਖ 'ਚ ਖੜਦਾ। ਤਾਂ ਮੀਡੀਆ ਦਾ ਭਾਰਤ ਦਾ ਵਕਾਊ ਰਿਹਾ, ਅਤੇ ਜਿਹੜਾ ਝੂਠਾ ਮੀਡੀਆ ਭਾਰਤ ਦਾ, ਉਹ ਤਾਂ ਹੁਣ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ, ਜੋ ਆ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਕਿ ਜਿਹੋ ਜਿਹੀਆਂ ਝੂਠੀਆਂ ਰਿਪੋਰਟਾਂ, ਇੱਥੋਂ ਤੱਕ ਕਿ ਅਮਿਤ ਸ਼ਾਹ ਇੱਕ ਭਾਜਪਾ ਜਿਹੜੀ ਸਰਕਾਰ ਆ ਉਹਦਾ ਮਤਲਬ ਪ੍ਰਧਾਨ ਹੋਣ ਦੇ ਨਾਤੇ ਉਹ ਰੈਲੀਆਂ 'ਚ ਬਿਆਨ ਦੇ ਰਿਹਾ ਕਿ 350 ਬੰਦੇ ਮਾਰਤੇ। ਏਅਰਫੋਰਸ ਕਹਿੰਦੀ ਆ ਭਾਈ ਅਸੀਂ ਹਨੇਰੇ 'ਚ ਬੰਬ ਸੁੱਟ ਕੇ ਆਏ ਹਾਂ, ਸਾਨੂੰ ਪਤਾ ਨਹੀਂ ਕਿ ਅਸੀਂ ਬੰਦੇ ਥੋੜ੍ਹਾ ਗਿਣੇ ਕਿੰਨੇ ਮਾਰਤੇ ਆ। ਇਹੋ ਜਿਹੀ ਹਾਸੋਹੀਣੀ ਭਾਰਤ ਦੀ ਰਾਜਨੀਤੀ ਹੋ ਰਹੀ ਆ, ਅਤੇ ਦੇਖੋ ਪੰਜਾਬ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਦਾ, ਭਾਰਤ ਅਤੇ ਪਾਕਿਸਤਾਨ ਇਹਨਾਂ ਦੇ ਵਿੱਚ ਜਦੋਂ ਵੀ ਜੰਗ ਲੱਗਦੀ ਆ ਤਾਂ ਉਹਦਾ ਅਖਾੜਾ ਪੰਜਾਬ ਬਣਦਾ, ਭਾਵੇਂ ਉਹ ਚੜ੍ਹਦਾ ਪੰਜਾਬ ਹੋਵੇ, ਭਾਵੇਂ ਉਹ ਲਹਿੰਦਾ ਪੰਜਾਬ ਹੋਵੇ, ਅਸੀਂ ਇੱਕ ਸੱਭਿਅਤਾ ਦੇ ਵਾਰਸ ਹਾਂ। ਗੁਰੂ ਨਾਨਕ ਦੀ ਧਰਤੀ ਇੱਧਰ ਵੀ ਆ ਤਾਰਾਂ ਤੋਂ, ਅਤੇ ਉੱਧਰ ਵੀ ਆ, ਅਤੇ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਿੱਖ ਕੌਮ ਕਦੇ ਵੀ ਨਹੀਂ ਚਾਹੁੰਦੀ ਕਿ ਜੰਗ ਹੋਵੇ, ਅਤੇ ਅਸੀਂ ਆ ਬਾਹਰਲਿਆਂ ਨੂੰ UP ਮੱਧ ਪ੍ਰਦੇਸ਼ 'ਚ ਜਾਂ ਉੱਥੇ ਇਸਲਾਮਾਬਾਦ 'ਚ ਬੈਠੇ ਲੋਕਾਂ ਨੂੰ ਆਪਣੀ ਇਸ ਧਰਤੀ ਨੂੰ ਉਜਾੜਨ ਦੀ ਕਦੇ ਵੀ ਇਜਾਜ਼ਤ ਨਹੀਂ ਦੇਵਾਂਗੇ, ਅਤੇ ਅਸੀਂ ਜੰਗ ਦੇ ਖਿਲਾਫ਼ ਆ। ਜਿਹੜੇ ਮੀਡੀਆ ਕੇਂਦਰਾਂ 'ਚ ਬੈਠੇ ਬੋਲਦੇ ਨੇ ਜੰਗ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਉੱਧਰ ਵਾਲੇ ਬੋਰਡਰ ਖੋਲ੍ਹ ਕੇ ਜਿਹੜੀ ਜੰਗ ਲੜਨੀ ਹੈ ਲੜੋ। ਅਤੇ ਦੂਜੀ ਗੱਲ ਇਹ ਆ ਵੀ ਜਦੋਂ ਦੇਖੋ ਭਾਰਤ ਦੇ ਵਿੱਚ, ਮੈਂ ਤੁਹਾਨੂੰ ਕਿਹਾ ਕਿ ਮੋਦੀ ਨੇ ਪਿਛਲੀ ਵਾਰ ਵੀ ਇਹੀ ਗੱਲ ਕੀਤੀ ਕਿ ਮੈਂ ਪਾਕਿਸਤਾਨ ਨੂੰ ਹਰਾਊਂਗਾ, 56 ਇੰਚ ਦੀ ਮੇਰੀ ਛਾਤੀ ਆ, ਤਾਂ ਉਹ ਹਮੇਸ਼ਾ ਤੋਂ ਭਾਰਤ ਦੇ ਵਿੱਚ ਰਾਜਨੀਤੀ ਦਾ ਇੱਕ ਧੁਰਾ ਰਿਹਾ ਕਿ ਇੱਥੇ ਪਾਕਿਸਤਾਨ ਦੇ ਖਿਲਾਫ਼ ਨਫ਼ਰਤ ਜਿਹੜਾ ਵੱਧ ਉਗਲੂੰਗਾ, ਅਤੇ
कि जिहड़े बंदे दे उत्ते कतलेआम दे दोष लगदे, भावें जो राजीव गांधी दे उत्ते लगे, सारी दुनिया ने देखिया सिखां दा कतलेआम होया, तुसीं उहनूं अपना प्रधानमंत्री चुणदे हो, उस तो बाद मोदी वर्गा बंदा है जिन्हें एड्डा वड्डा कतलेआम कराउण दे विच सिद्धा हत्थ सी जिहदा, तुसीं उहनूं अपना प्रधानमंत्री, तां दुनिया दे विच जो तुसीं भावें जिन्ना मर्जी रौला पाई जाओ कि असीं बड़ा सभ्यक देश हाँ, बड़ा डेमोक्रेटिक देश हाँ, पर दुनिया तुहानूं देख रही है, तुसीं इक मंडी हो, इस करके सिर्फ दुनिया पैसे दी मारी तुहानूं लुट्टण, तुहाडे रिसोर्सिस नूं लुट्टण दे करके तुहाडे नाल आ, पर सारी दुनिया नूं पता कि तुसीं उहनां लोकां नूं अपने लीडर चुणदे हो जिहड़े लोक जालम ने, जिहड़े लोकां दा कतलेआम करदे ने, जिन्हां दा कतलेआम दे विच सिद्धा हत्थ हुंदा है। ਭਾਈਵਾਲ ਪਾਰਟੀ ਦਾ ਇਲਜ਼ਾਮ ਲੱਗਿਆ ਨੇ ਭਾਜਪਾ ਦੇ ਸਿੱਧੇ ਤੌਰ 'ਤੇ ਕਿ ਉਹਨਾਂ ਤੋਂ ਤੱਥ ਹੁੰਦੇ ਨਹੀਂ, ਤੱਥਹੀਣ ਹੋ ਕੇ ਵੀ ਫਿਰ ਵੀ ਰੈਲੀਆਂ ਦੇ ਵਿੱਚ ਬਿਆਨ ਦਿੰਦੇ ਨੇ ਕਿ ਅਸੀਂ 350 ਬੰਦਾ ਮਾਰਤਾ, ਇੱਦਾਂ ਦੇ ਬਿਆਨ ਸਿਆਸਤ ਤੋਂ ਪਹਿਲਾਂ ਦੇਣੇ ਚੰਗੀ ਗੱਲ ਹੈ ਤੁਹਾਡੇ ਸਾਹਿਬ? ਦੇਖੋ ਜੀ, ਤੱਥਾਂ ਤੋਂ ਬਿਨਾਂ ਬਿਆਨ ਦੇਣਾ ਮੈਂ ਮੰਨਦਾ ਗਲਤ ਗੱਲ ਹੈ, ਬਟ ਜਿਹੜੀ ਗੱਲ ਹੈ ਇੱਕ ਵੀ ਆਪਾਂ ਗੱਲ ਕਰੀਏ ਵੀ ਉਹਨਾਂ ਨੇ ਜਵਾਬ ਦਿੱਤਾ ਪੁਲਵਾਮਾ ਅਟੈਕ ਤੋਂ ਬਾਅਦ ਵੀ ਜਵਾਬ ਦਿੱਤਾ, ਇਹ ਜਵਾਬ ਦੇਣਾ ਮੇਰੇ ਹਿਸਾਬ ਨਾਲ, ਮੇਰੀ ਆਪਦੀ ਪਰਸਨਲ ਥਿੰਕਿੰਗ ਹੈ ਵੀ ਇਹ ਜ਼ਰੂਰੀ ਸੀ, ਕਿਉਂਕਿ ਪਹਿਲਾਂ ਆਪਾਂ ਦੇਖਦੇ ਹਾਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਇੱਕ ਮੰਨ ਲਓ ਫੌਜੀ ਆ ਉਹਦਾ ਸਿਰ ਵੱਢ ਕੇ ਆਪਣਾ ਰੱਖ ਲਿੱਤਾ ਜਾਂਦਾ ਹੋਰ ਆ, ਅਤੇ ਕੀ ਆਪਾਂ ਇਹ ਚੀਜ਼ ਕੀ ਦੁਨੀਆ ਮੂਹਰੇ ਕੀ ਪ੍ਰਗਟਾਵਾ ਹੋ ਰਿਹਾ ਆਪਣਾ ਵੀ ਕੀ ਡਰਦਾ ਇੰਡੀਆ, ਤਾਂ ਥੋੜ੍ਹਾ ਜਵਾਬ ਦੇਣਾ ਚੰਗਾ, ਇਸ ਚੀਜ਼ ਨੂੰ ਮੈਂ ਗਲਤ ਨਹੀਂ ਮੰਨਦਾ। ਦੂਜੀ ਗੱਲ ਠੀਕ ਹੈ, ਤੱਥਾਂ ਦੇ ਆਧਾਰ 'ਤੇ ਬਿਆਨ ਦੇਣੇ ਚਾਹੀਦੇ ਸੀ, ਉਹ ਵੀ ਚੀਜ਼ ਆਪਣਾ ਗਲਤ ਆ, ਆਪਾਂ ਗੱਲ ਕਹੀਏ ਵੀ ਹਾਂ ਜੀ ਇੱਕ ਸਿਆਸੀ ਬੰਦਾ ਇੱਕ ਰਾਜਨੀਤਿਕ ਪਾਰਟੀ ਦਾ ਹੈੱਡ ਆ ਅਤੇ ਜੇ ਉਹ ਬਿਨਾਂ ਤੱਥਾਂ ਤੋਂ ਆਪਣਾ ਕੋਈ ਗੱਲ ਕਰਦਾ ਤਾਂ ਉਹ ਚੀਜ਼ ਸਹੀ ਨਹੀਂ ਗੀ। ਇਹ ਹੈ ਮੁੱਦੇ ਪੰਜਾਬ ਦੇ ਲਈਏ ਭਾਵੇਂ ਇੰਡੀਆ ਦੇ ਲਈਏ, ਮੁੱਦੇ ਹਮੇਸ਼ਾ ਗੱਡ ਕੇ ਰੱਖੇ ਜਾਂਦੇ ਆ, ਉਹਨਾਂ ਨੂੰ ਮੁੱਦਿਆਂ ਨੂੰ ਆਪਾਂ ਗੱਲ ਕਹੀਏ ਇੱਥੇ ਮੁਰਦੇ ਆਪਣਾ ਗੱਡ ਕੇ ਖੜ ਲੈਂਦੇ, ਉਵੇਂ ਹੀ ਫਿਰ ਜਿਹੜੇ ਮੁਰਦੇ ਨੇ ਜਿਹੜੇ ਸਿਆਸਤ ਚੋਣਾਂ ਜਦੋਂ ਆਉਂਦੀਆਂ ਨੇ ਉਦੋਂ ਉਹ ਮੁੱਦੇ ਪੱਟ ਲਏ ਜਾਂਦੇ ਨੇ। ਹਰਮਨ, ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਆ ਕਿ ਜਿੱਦਾਂ ਵੀ ਹੁਣ ਗੱਲ ਕਰ ਲਈ ਕਿ ਫੌਜ ਦਾ ਸਿਆਸੀਕਰਨ, ਮੀਡੀਆ ਦਾ ਸਿਆਸੀਕਰਨ, ਸਾਰੀਆਂ ਚੀਜ਼ਾਂ ਦਾ ਸਿਆਸੀਕਰਨ ਉੱਪਰ ਧਰਮ ਦੀ ਰਾਜਨੀਤੀ, ਤੁਹਾਨੂੰ ਲੱਗਦਾ ਕਿ ਜਿਹੜੇ ਅਸਲ ਮੁੱਦੇ ਨੇ ਤੁਹਾਡੇ ਹਿਸਾਬ ਦੇ ਨਾਲ, ਅਸਲ ਮੁੱਦੇ ਜਿੱਦਾਂ ਪਾਣੀਆਂ ਦੀ ਗੱਲ ਹੋ ਗਈ, ਦੂਜੀ ਗੱਲ ਹੋ ਗਈ ਭਾਸ਼ਾ ਦੇ ਆਧਾਰ 'ਤੇ ਜਿਹੜੇ ਸੂਬੇ ਬਣੇ ਨੇ ਉਹਨਾਂ ਦੇ ਹੱਕਾਂ ਦੀ ਗੱਲ ਹੋ ਗਈ, ਚੰਡੀਗੜ੍ਹ ਦੀ ਗੱਲ ਹੋ ਗਈ, ਭਾਸ਼ਾ ਦੀ ਗੱਲ ਹੋ ਗਈ, ਹੋਰ ਕਿਹੜੇ ਮੁੱਦੇ ਨੇ ਜਿਹੜੇ ਤੁਹਾਡੇ ਹਿਸਾਬ ਦੇ ਨਾਲ ਅਸਲ ਮੁੱਦੇ ਹੋਣੇ ਚਾਹੀਦੇ ਨੇ? ਮਤਲਬ ਸਭ ਤੋਂ ਅਹਿਮ ਮੁੱਦਾ ਬੇਰੁਜ਼ਗਾਰੀ ਨਾਲ ਜੁੜਿਆ ਹੋਇਆ ਸਾਡੀ ਇਕਨੋਮਿਕ ਪਾਲਿਸੀ ਦਾ, ਕਿ ਸਾਡੇ ਦੇਸ਼ ਦੀ ਅੱਜ ਜੋ ਇਕਨੋਮਿਕ ਪਾਲਿਸੀ ਆ ਜਿਹੜੀ 91 ਤੋਂ ਬਾਅਦ ਲਗਾਤਾਰਤਾ ਜੀ ਦੀ, ਕਿ ਬਾਹਰ ਦੀਆਂ ਕੰਪਨੀਆਂ ਆਉਣਗੀਆਂ ਇੱਥੇ ਇਨਵੈਸਟਮੈਂਟ ਕਰਨਗੀਆਂ, ਰੁਜ਼ਗਾਰ ਪੈਦਾ ਕਰਨਗੀਆਂ, ਇਹ ਗੱਲ ਸਾਨੂੰ 25 ਸਾਲ ਹੋ ਗਏ ਸੁਣਦਿਆਂ ਨੂੰ। 25 ਸਾਲਾਂ ਦੇ ਅੰਦਰ ਜਿੰਨੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਸਾਰੀਆਂ ਸੱਤਾ ਦੇ ਅੰਦਰ ਆ ਚੁੱਕੀਆਂ ਨੇ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਸਾਰੀਆਂ। ਤਾਂ ਇਹ ਜਿਹੜੀ ਪਾਲਿਸੀ ਆ, ਇਕਨੋਮਿਕ ਪਾਲਿਸੀ ਜਿਹਨੂੰ ਮੋਦੀ ਮੇਕ ਇਨ ਇੰਡੀਆ ਦਾ ਨਾਂ ਦੇ ਕੇ ਹੈਗੇ ਆ, ਪਹਿਲਾਂ LPG ਦੇ ਨਾਂ ਨਾਲ ਅਸੀਂ ਜਾਣਦੇ ਸੀ 91 'ਚ, ਤਾਂ ਇਹ ਪਾਲਿਸੀ ਪੂਰੀ ਤਰ੍ਹਾਂ ਫੇਲ ਆ। ਇਹ ਪਾਲਿਸੀ ਸਿਰਫ ਕਾਰਪੋਰੇਟ ਸਾਡੇ ਇੱਥੋਂ ਦੇ ਰਿਸੋਰਸ ਲੁੱਟ ਸਕੇ, ਸਾਡੀ ਸਸਤੀ ਲੇਬਰ ਲੁੱਟ ਸਕੇ, ਸਿਰਫ ਇਸ ਕਰਕੇ ਇਹ ਪਾਲਿਸੀ ਸਾਡੀ ਡੈਮੋਕ੍ਰੇਸੀ ਕਾਹਦੀ ਆ ਕਿ ਸਾਡੇ ਕੋਲ ਪਾਰਟੀਆਂ ਤਾਂ ਹੈਗੀਆਂ ਨੇ 5-7 ਚੁਣਨ ਨੂੰ, ਪਰ ਸਾਡੇ ਕੋਲ ਇਕਨੋਮਿਕ ਮਾਡਲ ਇੱਕ ਤੋਂ ਵੱਧ ਦੂਜੀ ਆਪਸ਼ਨ ਨਹੀਂ। ਜਦੋਂ ਕੋਈ ਧਿਰਾਂ ਇਸ ਮਾਡਲ ਨੂੰ ਚੈਲੰਜ ਕਰਦੀਆਂ ਨੇ ਤਾਂ ਉਹਨੂੰ ਇਹ ਐਂਟੀ ਡਿਵੈਲਪਮੈਂਟ ਕਹਿ ਦਿੰਦੇ ਨੇ, ਐਂਟੀ ਨੈਸ਼ਨਲ ਕਹਿ ਦਿੰਦੇ ਨੇ। ਇਹਦੀ ਐਗਜ਼ਾਮਪਲ ਚੱਕ ਲਈਏ ਆਪਾਂ, ਸੈਂਟਰ ਦੇ ਅੰਦਰ ਆਦਿਵਾਸੀ ਲੜਾਈ ਲੜ ਰਹੇ ਨੇ ਕਿ ਸਾਨੂੰ ਇਹ ਡਿਵੈਲਪਮੈਂਟ ਮਾਡਲ ਨਹੀਂ ਚਾਹੀਦਾ, ਸਾਨੂੰ ਇੱਥੇ ਕੋਲ ਦੀਆਂ ਖਾਨਾਂ ਅਸੀਂ ਨਹੀਂ ਆਉਣ ਦੇਵਾਂਗੇ, ਅਸੀਂ ਵਿਧਾਨਤਾ ਦਾ ਪਲਾਂਟ ਨਹੀਂ ਲੱਗਣ ਦੇਵਾਂਗੇ, ਉਹ ਇਹਦਾ ਵਿਰੋਧ ਕਰਦੇ ਨੇ। ਤਾਂ ਫਿਰ ਉਹਨਾਂ ਨੂੰ ਮਾਓਵਾਦੀ ਕਹਿ ਕੇ, ਨਕਸਲਾਈਟ ਕਹਿ ਕੇ, ਉੱਥੇ ਆਰਮੀ ਚਾੜ ਦਿਉ, ਉੱਥੇ ਸਿਕਿਉਰਿਟੀ ਫੋਰਸਿਸ CRPF ਲਾ ਰੱਖੀ ਆ ਉੱਥੇ ਐਡੀ ਵੱਡੀ ਪੱਧਰ ਦੇ ਉੱਤੇ। ਤਾਂ ਸਾਡੇ ਡੈਮੋਕ੍ਰੇਸੀ ਦਾ ਮਤਲਬ ਮਜ਼ਾਕ ਆ ਡੈਮੋਕ੍ਰੇਸੀ ਦੇ ਨਾਂ 'ਤੇ ਕਿ ਇੱਕੋ ਪੋਲੀਟੀਕਲ ਮਾਡਲ, ਠੀਕ ਹੈ ਜੀ, ਸਾਰੀਆਂ ਪਾਵਰਾਂ ਸੈਂਟਰ ਕੋਲ ਹੋਣੀਆਂ, ਇੱਕੋ ਇਕਨੋਮਿਕ ਮਾਡਲ ਕਾਰਪੋਰੇਟ ਦੇ ਲਈ, ਆਪਸ਼ਨ ਕਿੱਥੇ ਆ ਇੱਥੇ? ਡੈਮੋਕ੍ਰੇਸੀ ਦਾ ਮਤਲਬ ਕੀ ਆ ਕਿ ਤੁਹਾਡੇ ਕੋਲ ਰਹਿ ਰੱਖਣ ਦੀ ਸਪੇਸ ਤਾਂ ਹੋਵੇ, ਇੱਥੇ ਰਹਿ ਰੱਖਣ ਦੀ ਕੋਈ ਸਪੇਸ ਹੀ ਨਹੀਂ ਹੈਗੀ, ਇਸ ਤੋਂ ਬਾਅਦ ਤੁਹਾਨੂੰ ਐਂਟੀ ਨੈਸ਼ਨਲ ਕਹਿ ਦਿੱਤਾ ਜਾਊਗਾ, ਅਤੇ ਟੈਗ ਇੱਥੇ ਖੜੇ ਨੇ, ABP ਵਾਲੇ ਵੀ, ਇਹ ਵੀ ਇੱਥੇ ਯੂਨੀਵਰਸਿਟੀ 'ਚ ਟੈਗ ਵੰਡਦੇ ਫਿਰਦੇ ਹੁੰਦੇ ਨੇ ਸਟੂਡੈਂਟ ਸੈਂਟਰ ਦੇ ਉੱਤੇ, ਤਾਂ ਕੰਮ ਆ ਇਹਨਾਂ ਦਾ, ਇਹ ਪ੍ਰੋਫੈਸ਼ਨ ਆ ਇਹਨਾਂ ਦਾ। ਤਾਂ ਅਸੀਂ ਇਸ ਦੌਰ ਦੇ ਅੰਦਰ ਖੜੇ ਹਾਂ, ਤਾਂ ਇਸ ਕਰਕੇ ਇਲੈਕਸ਼ਨਾਂ ਦੇ ਅੰਦਰੋਂ, ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਅਸੀਂ ਬਹੁਤ ਕੁਝ ਪੋਜ਼ਿਟਿਵ ਆਪਦੇ ਸਮਾਜ ਲਈ, ਆਪਦੇ ਦੇਸ਼ ਲਈ ਕੱਢਾਂਗੇ, ਬਹੁਤ ਘੱਟ ਚਾਂਸ ਨੇ। ਹਰਮਨ ਨੇ ਸਿੱਧੇ ਤੌਰ 'ਤੇ ਕਿਹਾ ਕਿ ABP ਵੀ ਇਸ ਮਸਲੇ ਨੂੰ ਜਾਣਦੀ ਹੋਵੇਗੀ ਕਿ ਕਿਤੇ ਨਾ ਕਿਤੇ ਜਿਹੜੀ ਅਸਲ ਗੱਲ ਆ ਉਹ ਤੋਂ ਮੁੱਦੇ ਨੂੰ ਭਟਕਾ ਦਿੱਤਾ ਜਾਂਦਾ, ਅਤੇ ਸਿੱਧੇ ਤੌਰ 'ਤੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਬੇਰੁਜ਼ਗਾਰੀ ਦਾ ਮੁੱਦਾ ਅਹਿਮ ਆ, ਵਾਅਦੇ ਕੀਤੇ ਜਾਂਦੇ ਨੇ ਉਹ ਵਫਾ ਨਹੀਂ ਹੁੰਦੇ। ਅੱਜ ਅਬ ਜਬ ਸੇ ਸਰਕਾਰ ਆਈ ਹੈ 2014 ਮੈਂ, ਅਗਰ ਹਮ ਬੇਰੁਜ਼ਗਾਰੀ ਕੀ ਬਾਤ ਕਰੇਂਗੇ, ਜੋ ਸਟਾਰਟਅਪ ਇੰਡੀਆ, ਜੋ ਛੋਟੇ ਛੋਟੇ ਬਿਜ਼ਨਸਿਸ ਕੇ ਲੀਏ ਜੋ ਲੋਨ ਦੇਣੇ ਸ਼ੁਰੂ ਕੀਏ, ਜੋ ਗਰੀਬ ਮਹਿਲਾ ਹੈ ਉਹ ਬਿਨਾਂ ਕਿਸੇ ਸਿਕਿਉਰਿਟੀ ਕੇ ਲੋਨ ਲੈ ਸਕਤੀ ਹੈ ਔਰ ਉਹ ਆਪਣਾ ਬਿਜ਼ਨਸ ਸ਼ੁਰੂ ਕਰ ਸਕਤੀ ਹੈ, ਐਸੇ ਹੀ ਜੋ ਜ਼ਿਆਦਾ ਕਮਜ਼ੋਰ ਪਰਿਵਾਰ ਸੇ ਲੋਕ ਹੈ ਜਾਂ ਜੋ BPL ਪਰਿਵਾਰ ਸੇ ਲੋਕ ਹੈ, ਤੋ ਉਨਕੋ ਉਨਕੇ ਲੀਏ ਜੋ ਲੋਨ ਕੀ ਮੁਦਰਾ ਯੋਜਨਾ ਸ਼ੁਰੂ ਕੀ ਗਈ ਹੈ, ਤੋ ਇਸੀ ਲੀਏ ਤੋ ਹੈ ਕਿ ਬੇਰੁਜ਼ਗਾਰੀ ਘਟੀ ਕਿ ਲੋਕ ਆਪਣਾ ਬਿਜ਼ਨਸ ਸਟਾਰਟਅਪ ਕਰੇ ਔਰ ਬਿਜ਼ਨਸ ਸ਼ੁਰੂ ਕਰੇ, ਉਸ ਲੋਕੋ ਕੋ ਰੁਜ਼ਗਾਰ ਦੇ, ਤੋ ਐਸੇ
ਰੋਜ਼ਗਾਰ ਕੋ ਮਤਲਬ ਰੋਜ਼ਗਾਰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੇ ਤੁਹਾਡਾ ਕਹਿਣ ਦਾ ਮਤਲਬ ਇਹ ਤੁਹਾਡੇ ਨਾਲ ਗੱਲ ਕਰੀ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਲੜਕੀਆਂ ਦੇ ਮੁੱਦੇ ਜਾਂ ਔਰਤਾਂ ਦੇ ਮੁੱਦੇ ਜਿਹੜੇ ਸੁਰੱਖਿਆ ਦਾ ਮੁੱਦਾ ਹਮੇਸ਼ਾ ਰਹਿੰਦਾ ਉਹ ਚੋਣਾਂ ਦੇ ਵਿੱਚ ਕਿਉਂ ਨਹੀਂ ਚੁੱਕਿਆ ਜਾ ਰਿਹਾ? ਬਿਲਕੁਲ ਮੈਂ ਇਹ ਗੱਲ ਮੰਨਦੀ ਹਾਂ ਕਿ ਔਰਤਾਂ ਦਾ ਸੁਰੱਖਿਆ ਦਾ ਮੁੱਦਾ ਨਹੀਂ ਚੱਕਿਆ ਜਾ ਰਿਹਾ। ਜਿਵੇਂ ਪੰਜਾਬ ਵਿੱਚ ਵੀ ਥੋੜ੍ਹੀ ਦੇਰ ਪਹਿਲਾਂ ਲੁਧਿਆਣੇ ਵਿੱਚ 8 ਵਜੇ ਦੇ ਅਰਾਊਂਡ ਇੱਕ ਕੁੜੀ ਨਾਲ ਬਹੁਤ ਬੁਰੀ ਤਰ੍ਹਾਂ ਗੈਂਗਰੇਪ ਹੋਇਆ ਅਤੇ ਪੰਜਾਬ ਸਰਕਾਰ ਨੇ ਉਹਦਾ ਤਾਂ ਕੁਛ ਨਹੀਂ ਕੀਤਾ। ਸ਼ੁਰੂ ਤੋਂ ਹੀ ਉਹੀ ਚੀਜ਼ ਰਹੀ ਹੈ, ਹਮੇਸ਼ਾ ਕੋਈ ਵੀ ਇੱਕ ਬਹੁਤ ਬੜਾ ਇਹੋ ਜਿਹਾ ਹਾਦਸਾ ਹੁੰਦਾ ਹੈ, 10 ਦਿਨ ਲੋਕ ਕੈਂਡਲ ਮਾਰਚ ਕਰਦੇ ਆ, 10 ਦਿਨ ਸਾਰੇ ਬਿਆਨ ਦਿੰਦੇ ਆ ਸਾਰੇ ਨੇਤਾ ਆ ਕੇ, ਲੇਕਿਨ ਇੱਕ ਸੋਲਿਡ ਕੋਈ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ ਜਾਂਦਾ ਕਿ ਲੋਕ ਹਿੰਮਤ ਹੀ ਨਾ ਕਰਨ ਇਹੋ ਜਿਹੀ ਕਿ ਔਰਤਾਂ ਵੱਲ ਅੱਖ ਸੱਕੇ ਚੱਕਣ? ਤਾਂ ਇਹ ਬਹੁਤ ਹੀ ਇੰਪੋਰਟੈਂਟ ਮੁੱਦਾ ਹੋਣਾ ਚਾਹੀਦਾ ਔਰਤਾਂ ਦੀ ਸੁਰੱਖਿਆ ਦਾ, ਕਿਉਂਕਿ ਜਿਸ ਦੇਸ਼ 'ਚ ਤੁਸੀਂ ਔਰਤ ਨੂੰ ਸੁਰੱਖਿਆ ਹੀ ਨਹੀਂ ਦੇ ਸਕਦੇ ਉਹ ਤੋਂ ਬਾਅਦ ਡਿਵੈਲਪਮੈਂਟ ਦਾ ਕੁਐਸਚਨ ਨਹੀਂ ਹੁੰਦਾ। ਸਭ ਤੋਂ ਪਹਿਲਾਂ ਔਰਤਾਂ ਦੀ ਸੁਰੱਖਿਆ ਹਮੇਸ਼ਾ ਸਵਾਲਾਂ 'ਚ ਰਹੀ ਹੈ, ਪਿਛਲੇ 10 ਸਾਲਾਂ ਦੀ ਅਕਾਲੀ ਦਲ ਦੀ ਸਰਕਾਰ ਕਰ ਲਈ, ਹੁਣ 5 ਸਾਲ 3 ਸਾਲ ਜਾਂ 2 ਸਾਲ ਆਪਾਂ ਕਹਿ ਸਕਦੇ ਹਾਂ ਵੀ ਕਾਂਗਰਸ ਨੂੰ ਵੀ ਹੋ ਗਏ, ਸੁਰੱਖਿਆ ਕਿਉਂ ਨਹੀਂ ਹੈਗੀ ਸੂਬੇ ਦੇ ਵਿੱਚ ਜੀ ਗੱਲ ਕਰ ਲਈਏ ਜਾਂ ਬਾਹਰਲੇ ਹੋਰ ਸੂਬਿਆਂ ਦੀ ਗੱਲ ਕਰ ਲਈਏ ਪੂਰੇ ਦੇਸ਼ ਦੀ ਗੱਲ ਕਰ? ਬਈ ਜੀ ਜਿਵੇਂ ਆਪਾਂ ਦੇਖੀਏ ਨਾ ਇੱਕ ਗੱਲ ਹੈ ਛੋਟੀ ਜਿਹੀ ਵੀ ਨੋ ਨੇਸ਼ਨ ਇਜ਼ ਪਰਫੈਕਟ, ਆਪਾਂ ਪਰਫੈਕਟ ਇਹਨੂੰ ਬਣਾਉਣਾ ਪੈਣਾ ਆਪਣਾ ਕੰਮ ਹੈ। ਜੇ ਮੈਂ ਮੰਨਦਾ ਸਾਰੀਆਂ ਗੱਲਾਂ ਜਿੰਨੀਆਂ ਵੀ ਹੁਣ ਤੱਕ ਆਪਾਂ ਕੀਤੀਆਂ ਇਹਦਾ ਕੇਂਦਰੀ ਜੇ ਪਦਾਰਥ ਦੇਖਿਆ ਜਾਵੇ ਤਾਂ ਇਹ ਆ ਨੁਕਸਾਨ ਕੌਣ ਕਰ ਰਿਹਾ? ਯੂਥ ਖੁਦ ਕਰ ਰਿਹਾ, ਪੜ੍ਹਿਆ ਲਿਖਿਆ ਜਿਹੜਾ ਵਿਅਕਤੀ ਆ ਉਹ ਖੁਦ ਕਰ ਰਿਹਾ। ਅਤੇ ਸਭ ਤੋਂ ਪਹਿਲਾਂ ਆਪਾਂ ਨੂੰ ਖੁਦ ਜਾਗਰੂਕ ਹੋਣਾ ਪਊਗਾ ਇਸ ਚੀਜ਼ ਦੇ ਰਿਗਾਰਡਿੰਗ, ਜਿਹੜੀ ਵੀ ਹੈ ਇੱਕ ਔਰਤ ਦੀ ਇੱਜ਼ਤ ਕਰਨੀ ਹੈ ਉਹ ਕਿਹਨੇ ਸਮਾਜ ਨੇ ਸਿਖਾਉਣੀ ਹੈ, ਸਮਾਜ ਕੌਣ ਆ? ਆਪਣੇ ਵਿੱਚ ਹੀ ਹੈ, ਆਪਾਂ ਹੀ ਹੈ ਸਮਾਜ, ਆਪਾਂ ਬਦਲ ਸਕਦੇ ਹਾਂ ਤਾਂ ਆਪਾਂ ਕਿਉਂ ਨਹੀਂ ਕਰਦੇ? ਆਪਾਂ ਦੋਸ਼ ਦੇ ਦਿੰਦੇ ਹਾਂ ਅਖੀਰ ਨੂੰ ਮੀਡੀਆ ਨੂੰ ਪੇੜ ਆ, ਆਪਾਂ ਗੱਲ ਆ ਵੀ ਹਾਂਜੀ ਫੰਡਿੰਗ ਹੁੰਦੀ ਆ, ਉਹ ਫੰਡ ਯੂਜ਼ ਕਿੱਥੇ ਹੋ ਰਿਹਾ? ਉਹ ਵੀ ਆਪਣੇ ਸਮਾਜ ਦੇ ਵਿੱਚ ਹੀ ਹੋ ਰਿਹਾ। ਜੇ ਆਪਾਂ ਉਹਨੂੰ ਨਕਾਰ ਦੇਵਾਂਗੇ ਤਾਂ ਕਿਉਂ ਨਹੀਂ ਉਹ ਬਦਲਾਵ ਆਊਗਾ? ਅਤੇ ਬਦਲਾਵ ਆਉਣ ਦੇ ਵਿੱਚ ਮੈਂ ਕਹਿੰਦਾ ਵੀ ਵੋਟਰ ਨੂੰ ਜਾਗਣ ਦੀ ਬਹੁਤ ਵੱਡੀ ਲੋੜ ਆ। ਅੱਜ ਵੀ ਜਿਹੜਾ ਆਪਾਂ ਗੱਲਾਂ ਕਰਨ ਵੇਲੇ ਤਾਂ ਬਹੁਤ ਵੱਡੀਆਂ ਵੱਡੀਆਂ ਹਰ ਇੱਕ ਬੰਦਾ ਬਹੁਤ ਵੱਡੀਆਂ ਗੱਲਾਂ ਕਰ ਲੈਂਦਾ, ਪਰ ਜਦ ਅਖੀਰ ਗੱਲ ਆਉਂਦੀ ਆ ਤਾਂ ਉਹ ਮਨੀ ਮਸਲ ਪਾਵਰ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੇ ਗੱਡੇ ਹੋਏ ਮੁਰਦੇ ਆ ਉਹਨਾਂ ਨੂੰ ਖੜਿਆ ਜਾਂਦਾ, ਉਹਨਾਂ ਚੀਜ਼ਾਂ ਦੇ ਉੱਤੇ ਇਲੈਕਸ਼ਨ ਲੜਿਆ ਜਾਂਦਾ। ਉਹ ਜਿੰਨੀਆਂ ਪਾਰਟੀਆਂ ਨੇ ਰਾਸੀ ਪਾਰਟੀਆਂ ਨੇ ਕਹੀਏ ਅਤੇ ਉਹਨਾਂ ਨੂੰ ਆਦਤਾਂ ਪੈ ਚੁੱਕੀਆਂ ਵੀ ਹਾਂ ਵੀ ਉਹ ਉਸੇ ਇੱਕ ਦਾਇਰੇ 'ਚ ਰਹਿ ਕੇ ਇਲੈਕਸ਼ਨ ਲੜਦੀਆਂ, ਉਹਨਾਂ ਨੇ ਕਦੇ ਡਿਵੈਲਪਮੈਂਟ ਦੇ ਬੇਸਿਸ 'ਤੇ, ਕਿਉਂਕਿ ਡਿਵੈਲਪਮੈਂਟ ਨੂੰ ਜਦ ਖੁਦ ਜਿਹੜਾ ਯੂਥ ਆ ਉਹ ਜਾ ਕੇ ਸਹਿਰਾਊਗਾ ਨਹੀਂ ਵੀ ਹਾਂਜੀ ਇਹ ਡਿਵੈਲਪਮੈਂਟ ਹੋਈ ਆ ਅਤੇ ਇਸ ਦੇ ਬੇਸ 'ਤੇ ਆਪਾਂ ਵੋਟ ਪਾਈਏ, ਕੰਪੈਰੀਜ਼ਨ ਕਰੀਏ। ਹਰਮਨ, ਕੰਪੈਰੀਜ਼ਨ ਕਰਨਾ ਬੜਾ ਜ਼ਰੂਰੀ ਹੋ ਗਿਆ, ਪਰ ਕੰਪੈਰੀਜ਼ਨ ਕੀਤਾ ਨਹੀਂ ਜਾ ਰਿਹਾ, ਨੌਜਵਾਨਾਂ ਦੀ ਕਮੀ ਹੈ ਕਿਤੇ? ਮੈਂ ਨੌਜਵਾਨ ਆਪਦੇ ਦਮ 'ਤੇ ਸੰਘਰਸ਼ ਚੱਲ ਕਰ ਰਹੇ ਨੇ ਜਿੱਥੇ ਵੀ ਉਹਨਾਂ ਦਾ ਜ਼ੋਰ ਚੱਲਦਾ। ਟੀਚਰਾਂ ਦੇ ਸੰਘਰਸ਼ ਦੇਖ ਲਈਏ ਆਪਾਂ ਪੰਜਾਬ ਦੇ ਅੰਦਰ, ਪੰਚਕੂਲੇ ਦੇ ਅੰਦਰ ਹਰ ਹਫ਼ਤੇ ਲਾਠੀ ਚਾਰਜ ਹੁੰਦੇ ਨੇ, ਉਹ ਵੀ ਨੌਜਵਾਨ ਹੀ ਨੇ, ਅਤੇ ਕਿਸਾਨਾਂ ਦੇ ਅੰਦੋਲਨ ਹੋਏ ਨੇ ਪਿਛਲੇ ਟਾਈਮ 'ਚ ਦੇਸ਼ 'ਚ, ਅਤੇ ਮੱਧ ਪ੍ਰਦੇਸ਼ ਦੀ ਐਗਜ਼ਾਮਪਲ ਆ, ਗੋਲੀਆਂ ਵੀ ਖਾਧੀਆਂ ਨੇ, ਅਤੇ ਸਟੀਰਲਾਈਟ ਪਲਾਂਟ ਦੇ ਉਲਟ ਵੀ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ, ਉੱਥੇ ਸਿੱਧਾ ਸਨਾਈਪਰ ਸ਼ਾਟ ਨਾਲ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਨੌਜਵਾਨ ਲੜ ਵੀ ਰਿਹਾ, ਨੌਜਵਾਨ ਆਪਦੀ ਗੱਲ ਚੱਕ ਵੀ ਰਿਹਾ, ਅਤੇ ਸੱਤਾ ਦਾ ਜ਼ੁਲਮ ਵੀ ਸਹਿ ਰਿਹਾ, ਇੱਦਾਂ ਦਾ ਕੋਈ ਰੌਲਾ ਨਹੀਂ ਹੈਗਾ। ਤਾਂ ਦੂਜਾ ਇਹਦੇ ਅੰਦਰ ਮੈਂ ਮੇਨ ਰੌਲਾ ਇਹ ਹੈ ਕਿ ਇਹ ਜਿਹੜਾ ਸਾਡਾ ਇਲੈਕਸ਼ਨ ਦਾ ਢਾਂਚਾ ਸਾਰਾ, ਇਹਦੇ ਅੰਦਰ ਲੋਕਾਂ ਕੋਲ ਨਹੀਂ ਸਪੇਸ ਹੈਗੀ, ਸਿਰਫ ਤੁਸੀਂ 5 ਸਾਲ ਬਾਅਦ ਇੱਕ ਵੋਟ ਬਟਨ ਦੱਬਣਾ, ਇਸ ਤੋਂ ਬਿਨਾਂ ਕੋਈ ਮੁੱਦਾ ਨਹੀਂ ਬਚਿਆ। ਮਤਲਬ ਅੱਜ ਦੇ ਟਾਈਮ 'ਤੇ ਸਾਡੇ ਤਰਾਸਦੀ ਤਾਂ ਇਹ ਆ ਗਈ ਨਾ, ਪਿਛਲੇ 5 ਸਾਲਾਂ 'ਚ ਤਾਂ ਆਪਾਂ ਕੁੜੀਆਂ ਦੀ ਸਿਕਿਉਰਿਟੀ ਦੀ ਗੱਲ ਕਰਦੇ ਸੀ ਕਿ ਇੱਥੇ ਤਾਂ ਜਦੋਂ ਸੱਤਾ ਦੇ ਅੰਦਰ ਵਾਲੀ ਪਾਰਟੀ ਅਸੀਫਾ ਦੇ ਰੇਪ ਤੋਂ ਬਾਅਦ ਰੇਪਿਸਟਾਂ ਦੇ ਹੱਕ 'ਚ ਤਿਰੰਗਾ ਯਾਤਰਾ ਕੱਢਦੀ ਹੋਵੇ ਤਾਂ ਹਾਲਾਤ ਕਿੱਧਰ ਨੂੰ ਜਾ ਰਹੇ ਨੇ? ਸੰਕਟ ਜ਼ਿਆਦਾ ਗੰਭੀਰ ਹੈ। ਸੁਰੱਖਿਆ ਦੀ ਗੱਲ ਨੂੰ ਆਪਾਂ ਹੁਣੇ ਕਰਕੇ ਹਟੇ ਸੀਗੇ ਕਿ ਕਿਤੇ ਨਾ ਕਿਤੇ ਵੀ ਜਿਹੜੇ ਲੋਕ ਰੇਪਿਸਟ ਹੁੰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਭਾਜਪਾ ਤਿਰੰਗਾ ਮਾਰਚ ਕੱਢਦੀ ਹੈ। ਇਹ ਬਿਲਕੁਲ ਗਲਤ ਹੈ ਕਿ ਇੱਕ ਵਾਰ ਇਨਕੋ ਫੈਕਟ ਕਲੀਅਰ ਹੋਣੇ ਚਾਹੀਏ ਕਿ ਕਹਾਂ ਇਹਨਾਂ ਨੇ ਰੇਪ ਭਾਜਪਾ ਕੇ ਲੋਕੋਂ ਨੇ ਤਿਰੰਗਾ ਮਾਰਚ ਨਿਕਾਲਿਆ ਹੈ। ਹਮ ਆਪਣਾ ਭਾਜਪਾ ਕੇ ਪ੍ਰਵਕਤਾ ਤਾਂ ਹੈ ਨਹੀਂ ਹੈ ਕਿ ਭਾਜਪਾ ਕੀ ਤਰਫ ਸੇ ਹਮ ਬੋਲ ਰਹੇ ਹੈ, ਲੇਕਿਨ ਭਾਜਪਾ ਕੇ ਲੋਕੋਂ ਨੇ ਅਗਰ ਯੇ ਕਹੀਂ ਕੀਆ ਹੈ, ਵੈਸੇ ਤੋ ਕੀਆ ਨਹੀਂ ਹੈ, ਇਨਕੇ ਫੈਕਟ ਹੀ ਗਲਤ ਹੈ, ਇਨਕੇ ਤੋ ਕੁਛ ਵੀ ਕਹਿ ਸਕਤੇ ਹੈ ਕਿ ਅਬ ਜਬ ਬਾਤ ਕਰੇਗੀ ਪਸ਼ਚਿਮ ਬੰਗਾਲ ਕੀ ਜੋ ਆਜ ਇਤਨੀ ਬੁਰੀ ਸਥਿਤੀ ਹੈ ਉਸਕਾ ਸਭ ਸੇ ਬੜਾ ਕਾਰਨ ਕਿਆ ਹੈ, ਇਨ ਲੋਕੋਂ ਕੀ ਸੋਚ ਹੀ ਸਭ ਸੇ ਬੜਾ ਕਾਰਨ ਹੈ। ਇਹ ਬੋਲਤੇ ਹੈ ਰੋਜ਼ਗਾਰ ਨਹੀਂ, ਅਬ ਰੋਜ਼ਗਾਰ ਪੈਦਾ ਕਰਨੇ ਕਾ ਤਰੀਕਾ ਕਿਆ ਹੋਗਾ? ਰੋਜ਼ਗਾਰ ਫੈਕਟਰੀ ਸੇ ਤੋ ਹੋਗਾ, ਕਹੀਂ ਕੁਛ ਪਲਾਂਟ ਕੋਈ ਪਲਾਂਟ ਲਗੇਗਾ ਵਹੀਂ ਸੇ ਤੋ ਲੋਕੋਂ ਕੋ ਰੋਜ਼ਗਾਰ ਮਿਲੇਗਾ, ਜਬ ਇਤਨੀ ਜਨਸੰਖਿਆ ਬੜ ਰਹੀ ਹੈ ਉਸਕੇ ਹਿਸਾਬ ਸੇ। ਲੇਕਿਨ ਵਹਾਂ ਅਗਰ ਕਹੀਂ ਵੀ ਕਹੀਂ ਫੈਕਟਰੀ ਲੱਗਣੇ ਕੀ ਬਾਤ ਹੋਗੀ, ਕਹੀਂ ਇੰਡਸਟਰੀ ਲੱਗਣੇ ਕੀ ਬਾਤ ਹੋਗੀ, ਉਸਕੋ ਰੋਕਨੇ ਕੇ ਲੀਏ ਸਭ ਸੇ ਪਹਿਲੇ ਯਹੀ ਲੋਕ ਆਏਂਗੇ, ਔਰ ਵਹਾਂ ਜਾ ਕੇ ਧਰਨਾ ਕਰੇਂਗੇ। ਇਹ ਲੋਕ ਹਰਿਆਣਾ ਕੀ ਬਾਤ ਕਰ ਰਹੇ ਥੇ ਕਿ ਹਰਿਆਣਾ ਮੇਂ ਰੋਜ਼ ਲਾਠੀ ਚਾਰਜ ਹੋ ਰਿਹਾ, ਹਰਿਆਣਾ ਮੇਂ ਇਸ ਵਕਤ ਪਿਛਲੇ 20 ਸਾਲ ਮੇਂ ਸਭ ਸੇ ਜ਼ਿਆਦਾ ਭਰਤੀ ਹੋਈ ਹੈ, ਸਰਕਾਰ ਦੁਆਰਾ ਸਭ ਸੇ ਜ਼ਿਆਦਾ ਭਰਤੀ ਹੋਈ ਹੈ ਇਸ ਵਾਰ, ਔਰ ਸਭ ਸੇ ਜ਼ਿਆਦਾ ਬਾਹਰ ਸੇ ਜੋ ਮਤਲਬ ਇੰਡਸਟਰੀ ਕੋ ਲਗਾਉਣੇ ਕੇ ਲੀਏ ਪੈਸਾ ਆ ਰਿਹਾ ਉਹ ਹਰਿਆਣਾ ਮੇਂ ਆ ਰਿਹਾ ਹੈ।
ਫੈਕਟ ਗਲਤ ਕਦੋਂ ਦੱਸਣ ਦੀ ਲੋੜ ਪੈਂਦੀ ਫਿਰ ਸਟੇਜਾਂ ਤੋਂ ਉੱਪਰ ਫੈਕਟ ਕਦੋਂ ਗਲਤ ਦੱਸੇ ਜਾਂਦੇ ਜੇ ਰੁਜ਼ਗਾਰ ਹੋ ਰਿਹਾ ਤੁਹਾਡੇ ਹਿਸਾਬ ਦੇ ਨਾਲ ਕੰਮ ਹੋ ਰਿਹਾ ਕਿਉਂਕਿ ਵਿਚਾਰਧਾਰਾ ਤੁਹਾਡੀ ਭਾਜਪਾ ਦੇ ਨਾਲ ਮਿਲਦੀ ਹੈ ਤਾਂ ਮੈਂ ਪੁੱਛ ਰਿਹਾ ਜੇ ਫੈਕਟ ਜੇ ਕੰਮ ਹੋ ਰਿਹਾ ਤਾਂ ਫੈਕਟ ਕਦੋਂ ਗਲਤ ਦੱਸਿਆ ਰੁਜ਼ਗਾਰ ਇੱਕ ਰੁਜ਼ਗਾਰ ਹੁੰਦਾ ਹੈ ਕਿ ਸਰਕਾਰੀ ਨੌਕਰੀ ਹੋ ਦੋ ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਜਿਹੜਾ ਅਨਇੰਪਲੋਇਮੈਂਟ ਰੇਟ ਆ ਇਹਨਾਂ ਨੇ ਦੱਸਿਆ ਜਿੱਦਾਂ ਸਚਿਨ ਨੇ ਦੱਸਿਆ ਕਿ ਉਹ ਕਾਫੀ ਵੱਧ ਚੁੱਕਾ 7.2 'ਤੇ ਪਹੁੰਚ ਗਿਆ ਫਰਵਰੀ ਦੀ ਰਿਪੋਰਟ ਆ CMIE ਦੀ ਰਿਪੋਰਟ ਹੈ ਉਹਦੇ ਮੁਤਾਬਕ ਬੇਰੁਜ਼ਗਾਰੀ ਬਹੁਤ ਵਧੀ ਹੈ ਤੁਸੀਂ ਕਹਿੰਦੇ ਰੁਜ਼ਗਾਰ ਮਿਲ ਰਿਹਾ ਜੋ ਰੁਜ਼ਗਾਰ ਅਬ ਮਿਲਨੇ ਕਾ ਤਰੀਕਾ ਵੀ ਅਬ ਰੁਜ਼ਗਾਰ ਇੱਕ ਤੋਂ ਆਪ ਬੋਲਤੇ ਹੋ ਕਿ ਰੁਜ਼ਗਾਰ ਸਿਰਫ ਨੌਕਰੀ ਲੱਗਣੀ ਕਿ ਸਰਕਾਰ ਨੌਕਰੀ ਲੱਗਣੀ ਇੱਕ ਰੁਜ਼ਗਾਰ ਉਹ ਵੀ ਉਹ ਤੋਂ ਹੈ ਜਬ ਅਬ ਮੈਂ ਯਹਾਂ ਸੇ ਜਬ ਪੜ ਕੇ ਜਾਊਂਗਾ ਕੁਛ ਨਾ ਕੁਛ ਅਗਰ ਮੈਂ ਕਿਸੇ ਵੀ ਨੌਕਰੀ ਮੈਂ ਜਾਣੇ ਕੀ ਵਜ੍ਹਾ ਆਪਣਾ ਬਿਜ਼ਨਸ ਸ਼ੁਰੂ ਕਰੂੰ ਮੈਂ ਵੀ ਤਾਂ 10 ਲੋਕੋ ਕੋ ਰੁਜ਼ਗਾਰ ਦੂੰਗਾ ਉਸੇ ਵੀ ਰੁਜ਼ਗਾਰ ਬੋਲੇਂਗੇ ਨਾ ਲੇਕਿਨ ਉਹ ਉਸ ਚੀਜ਼ ਮੈਂ ਉਸਮੇ ਲਿਖਾਂ ਜਾਤਾ ਕਿ ਕਿਤਨੇ ਲੋਕ ਨੌਕਰੀ ਲਗੇ ਕਿਉਂਕਿ ਉਹ ਕਹੀਂ ਵੀ ਫੈਕਟ ਨਹੀਂ ਹੈ ਲੇਕਿਨ ਇਤਨੀ ਨੌਕਰੀ ਦੇਣੀ ਲੇਕਿਨ ਅਗਰ ਇਤਨੀ ਸਰਕਾਰ ਨੌਕਰੀ ਦੇ ਰਹੀ ਲੇਕਿਨ ਬਿਜ਼ਨਸ ਕੋ ਬੜਾਵਾ ਦੇ ਰਹੀ ਹੈ ਇਹ ਤਾਂ ਅੱਛੀ ਬਾਤ ਹੈ ਨਾ ਸਰਕਾਰ ਬਿਜ਼ਨਸ ਨੂੰ ਵਧਾਵਾ ਦੇਣ ਰਹੀ ਹੈ ਪਰ ਉਹਨੂੰ ਰੁਜ਼ਗਾਰ ਨਹੀਂ ਮੰਨਿਆ ਜਾ ਰਿਹਾ ਰੁਜ਼ਗਾਰ ਪਕੌੜੇ ਤਲਣਾ ਔਰ ਬੂਟ ਪੋਲਿਸ਼ ਕਰਨਾ ਅਗਰ ਰੁਜ਼ਗਾਰ ਹੋ ਸਕਤਾ ਤਾਂ ਸ਼ਾਇਦ 135 ਕਰੋੜ ਲੋਕ ਹੈ ਭਾਰਤ ਮੇਂ ਸਭੀ ਇਹ ਰੁਜ਼ਗਾਰ ਇਨਕੇ ਪਾਸ ਹੋਤਾ ਕੋਈ ਵੀ ਮਾਂ ਬਾਪ ਆਪਣੇ ਬੱਚੋਂ ਕੋ ਇਸ ਲਈ ਨਹੀਂ ਪੜ੍ਹਾਤਾ ਕਿ ਉਹ ਕੱਲ ਕੋ ਬੂਟ ਪੋਲਿਸ਼ ਕਰੇ ਯਾ ਬੋਲੇ ਬੇਟਾ ਐਸਾ ਕੋਰਸ ਕਰਨਾ ਜਿਸ ਪਕੌੜੇ ਤਲ ਸਕੋ ਤੋ ਯੇ ਰੁਜ਼ਗਾਰ ਮੇਂ ਨਹੀਂ ਅਤੇ ਮੁੱਦੇ ਜੋ ਹਮਾਰੇ 2019 ਕੇ ਇਲੈਕਸ਼ਨ ਮੇਂ ਸ਼ਾਇਦ ਇਹ ਰਹੇਂਗੇ ਮੁਝੇ ਲਗਤਾ ਹੈ ਕਿ ਹਮਾਰੀ ਯੂਥ ਕੀ ਤਰਫ ਸੇ ਪੰਜਾਬ ਯੂਨੀਵਰਸਿਟੀ ਕੀ ਯੂਥ ਕੀ ਤਰਫ ਸੇ ਹਮਾਰੀ ਸਾਰੀ ਵਿਦਿਆਰਥੀ ਜੱਥੇਬੰਦੀ ਹੈ ਉਨਕੀ ਤਰਫ ਸੇ ਜੋ ਹਮੇ ਇੱਕ ਰੁਜ਼ਗਾਰ ਚਾਹੀਏ ਦੂਸਰੀ ਜੋ ਚੀਜ਼ ਹੈ ਕਿ ਆਜ ਕਹੀਂ ਵੀ 10-15 ਲੋਕ ਖੜੇ ਹੋ ਕੇ ਮੋਬ ਲਿੰਚਿੰਗ ਕਰਤੇ ਹੈ ਜੋ ਹਮ ਪੇ ਮੋਬ ਲਿੰਚਿੰਗ ਕੀ ਕਿਸੇ ਨੇ ਬਾਤ ਨਹੀਂ ਕੀ 2014 ਸੇ ਅਗਰ ਮੋਬ ਲਿੰਚਿੰਗ ਉਠਾ ਕੇ ਲੀ ਜਾਏ ਦੋ ਇਤਨਾ ਜ਼ਿਆਦਾ ਇਨਕਰੀਜ਼ ਹੋਇਆ ਗ੍ਰਾਫ ਮੇਂ ਕਹੀਂ ਵੀ ਹਮੇ ਖੁਦ ਲੋਕੋ ਕੋ ਡਰ ਲੱਗਦਾ ਹੈ ਕਹੀਂ ਵੀ ਹਮ ਇਕੱਠਾ ਹੋਵੋਂਗੇ ਤੋ ਕਹੀਂ ਭੀੜ ਆ ਕੇ ਹਮੇ ਮਾਰ ਨਾ ਦੇ ਕਹੀਂ ਹਮ ਪੇ ਹਮਲਾ ਨਾ ਹੋ ਜਾਏ ਕਿਸੇ ਚੀਜ਼ ਕੇ ਲੀਏ ਔਰ ਬਾਤ ਕਰਤੇ ਹੈ ਅਗਰ ਪੰਜਾਬ ਕੀ ਬਾਤ ਕਰਤੇ ਹੈ ਪੰਜਾਬ ਸੇ ਜੁੜੇ ਹੋਏ ਹੈ ਚੰਡੀਗੜ੍ਹ ਪੰਜਾਬ ਸੇ ਜੁੜਾ ਹੋਇਆ ਪਿਛਲੇ 10 ਸਾਲ ਮੇਂ ਦੇਖਾ ਜਾਏ ਜੈਸੇ ਅਕਾਲੀ ਸਰਕਾਰ ਨੇ ਪਿਛਲੇ 10 ਸਾਲ ਮੇਂ ਦੇਖਤੇ ਹੈ ਕਿਉਂਕਿ ਨਸ਼ੇ ਕਾ ਇਤਨਾ ਬੜਾ ਪ੍ਰੋਬਲਮ ਕ੍ਰੀਏਟ ਕਰੀ ਥੀ ਪੰਜਾਬ ਕੇ ਅੰਦਰ ਨਸ਼ੇ ਕੋ ਆਪਣਾ ਸਭ ਕੁਛ ਮਾਨ ਲਿਆ ਥਾ ਜਿਤਨਾ ਪੈਸਾ ਉਹਨੇ ਨਸ਼ੇ ਸੇ ਕਮਾਇਆ ਸ਼ਾਇਦ ਕਿਸੇ ਚੀਜ਼ ਸੇ ਨਹੀਂ ਕਮਾਇਆ ਹੋਗਾ ਉਹਨੇ ਖੂਨ ਮੇਂ ਨਸ਼ਾ ਡਾਲ ਦਿਆ ਥਾ ਔਰ ਪੰਜਾਬ ਯੂਨੀਵਰਸਿਟੀ ਕੀ ਹਵਾਓਂ ਮੇਂ ਵੀ ਪੰਜਾਬ ਯੂਨੀਵਰਸਿਟੀ ਕੀ ਐਸੀ ਯੂਥ ਵੀ ਹੈ ਜੋ ਨਸ਼ਾ ਕਰਤੀ ਹੈ ਔਰ ਉਸ ਯੂਥ ਮੇਂ ਨਸ਼ਾ ਘੁਲ ਚੁੱਕਾ ਹੈ ਤੋ ਮੈਂ ਸਭਸੇ ਸਿਰਫ ਇੱਕ ਯਹੀ ਰੱਖਤਾ ਹੂੰ ਇੱਕ ਯਹੀ ਬਾਤ ਰੱਖਤਾ ਹੂੰ ਕਿ ਅਗਰ ਜੋਬਸ ਕ੍ਰੀਏਟ ਹੋਗੀ ਓਪਰਚੁਨਿਟੀਜ਼ ਕ੍ਰੀਏਟ ਹੋਗੀ ਤੋ ਲੋਕ ਨਸ਼ੇ ਕੀ ਤਰਫ ਕਮ ਸਪੋਰਟਸ ਕੀ ਤਰਫ ਐਜੂਕੇਸ਼ਨ ਕੀ ਤਰਫ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਕੀ ਤਰਫ ਜ਼ਿਆਦਾ ਜਾਏਗੇ ਜਿਸ ਸੇ ਭਾਰਤ ਕਾ ਯੂਥ ਵੀ ਸੁਧਰੇਗਾ ਔਰ ਦੇਸ਼ ਆਗੇ ਨਿਕਲੇਗਾ ਰੁਜ਼ਗਾਰ ਕਿਤਨੇ ਕਿਤੇ ਸਰਕਾਰਾਂ ਰੁਜ਼ਗਾਰ ਨਹੀਂ ਦੇ ਪਾਉਂਦੀਆਂ ਨਸ਼ੇ ਦੇ ਜਿਹੜਾ ਜਾਲ ਫਸਾ ਦਿੱਤਾ ਜਾਂਦਾ ਅਕਾਲੀ ਸਰਕਾਰ 'ਤੇ ਇਲਜ਼ਾਮ ਲੱਗਿਆ ਨਸ਼ੇ ਦਾ ਦੇਖੋ ਜੀ ਇਹਨਾਂ ਨੇ ਇਲਜ਼ਾਮ ਲਗਾਉਂਦੇ ਆਏ ਆ ਆਪਣਾ ਜਿਹੜੀਆਂ ਨਾਕਾਮੀਆਂ ਨੇ ਆਪਣੇ ਕੰਮ ਨਹੀਂ ਕਰ ਸਕੇ ਆਪਣੇ ਜਿਹੜੇ ਵਾਅਦੇ ਕੀਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਵਾਅਦਾ ਕੀਤਾ ਗਿਆ ਵੀ ਮੈਂ ਨਸ਼ਾ ਖਤਮ ਕਰੂੰਗਾ ਕੀ ਅੱਜ ਨਸ਼ਾ ਖਤਮ ਹੋ ਗਿਆ ਕੱਲ੍ਹ ਦੀ ਗੱਲ ਹੈ ਆਪਾਂ ਦੇਖ ਸਕਦੇ ਹਾਂ ਬੈਂਸ ਸਾਹਿਬ ਨੇ ਹੱਥ ਦੇ ਵਿੱਚ ਚੱਟਾ ਲੈ ਕੇ ਗਏ ਆ ਵੀ ਮੈਂ ਖੁਦ ਚੱਟਾ ਖਰੀਦ ਕੇ ਇਹਨਾਂ ਦੇ ਜਿਹੜੇ ਆਪਣਾ ਕਾਂਗਰਸ ਦੇ ਮਤਲਬ ਵੀ ਆਪਾਂ ਕਹੀਏ ਲੀਡਰ ਨੇ ਉਹ ਕੱਲ੍ਹ ਫੜੇ ਗਏ ਆ ਚਿੱਟੇ ਦੇ ਨਾਲ ਅਤੇ ਆਪਾਂ ਗੱਲ ਕਹੀਏ ਵੀ ਹਾਂ ਵੀ ਇਹ ਚੀਜ਼ਾਂ ਕੀ ਨੇ ਇਹ ਜਿਹੜੇ ਆਪਣੀ ਡਿਵੈਲਪਮੈਂਟ ਨਹੀਂ ਕਰ ਸਕੇ ਕੁਛ ਆਪਦੇ ਸਮਿਆਂ ਦੇ ਵਿੱਚ ਹੁਣ 2-2.5 ਸਾਲ ਹੋ ਚੁੱਕੇ ਆ ਸਰਕਾਰ ਨੂੰ ਹਲੇ ਤੱਕ ਤਾਂ ਇਹਨਾਂ ਨੇ ਕੁਛ ਕੀਤਾ ਨਹੀਂ ਨਾ ਇਹਨਾਂ ਦਾ ਕੋਈ ਵਾਅਦਾ ਪੂਰਾ ਹੋਇਆ ਜਿੰਨੇ ਟੀਚਰ ਨੇ ਉਹ ਧਰਨੇ 'ਤੇ ਬਹਿ ਕੇ ਥੱਕ ਗਏ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਕੋਈ ਕਿਸੇ ਤਰੀਕੇ ਦਾ ਰੁਜ਼ਗਾਰ ਨਹੀਂ ਮਿਲਿਆ ਫਾਰਮਰ ਸੁਸਾਈਡ ਆਪਾਂ ਦੇਖੀਏ ਉਸੇ ਤਰੀਕੇ ਨਾਲ ਚੱਲ ਰਿਹਾ ਵੱਧ ਰਿਹਾ ਪੰਜਾਬ ਦੇ ਵਿੱਚ ਜਿਹੜੇ ਮਸਲੇ ਆ ਉਵੇਂ ਦੇ ਉਵੇਂ ਬਰਕਰਾਰ ਹੈ ਮੋਬ ਲਿੰਚਿੰਗ ਦੀ ਗੱਲ ਹੋਈ ਸੀਗੀ ਕਿ ਭੀੜ ਤੰਤਰ ਕਿਤੇ ਨਾ ਕਿਤੇ ਲੋਕਤੰਤਰ 'ਤੇ ਭਾਰੀ ਪੈ ਰਿਹਾ ਲੋਕਾਂ ਦੀ ਜੇ ਕੋਈ ਆਵਾਜ਼ ਚੱਕਦਾ ਅਤੇ ਉਹਨੂੰ ਦਬਾਉਣ ਦੇ ਲਈ ਹੁਣ ਇੱਕ ਵਰਤ ਲਿਆ ਜਾਂਦਾ ਕਿਉਂਕਿ ਇਹਦੇ 'ਤੇ ਉੱਪਰ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਕੋਈ ਹਾਲੇ ਤੱਕ ਸਖਤ ਕਾਨੂੰਨ ਨਹੀਂ ਬਣਿਆ ਤੁਸੀਂ ਕਿੱਦਾਂ ਦੇਖਦੇ ਦੇਖੋ ਇਹ ਤਾਂ ਗੱਲ ਸਾਫ਼ ਆ ਕਿ ਮੋਬ ਲਿੰਚਿੰਗ ਬਹੁਤ ਜ਼ਿਆਦਾ ਵਧੀ ਆ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਆ ਉਹ ਤੋਂ ਪਹਿਲਾਂ ਕਾਂਗਰਸ ਜਿਹੋ ਜਿਹਾ ਜ਼ੁਲਮ ਕਰਦੀ ਸੀ ਉਹ ਸੰਗਠਿਤ ਜ਼ੁਲਮ ਸੀ ਅਤੇ ਆਪਣੀ ਪਾਰਟੀ ਦਾ ਕੈਡਰ ਸੀ ਜਾਂ ਉਹਨੂੰ ਜਿਵੇਂ ਵਰਤਦੀ ਸੀ ਹੈ ਨਾ ਪਰ ਭਾਜਪਾ ਨੇ ਆ ਕੇ ਇੱਕ ਪੂਰੇ ਭਾਰਤ ਦੇ ਵਿੱਚ ਇੱਕ ਹਿੰਦੁੱਤਵ ਦੇ ਨਾਂ ਦੇ ਉੱਤੇ ਇੱਕ ਮਾਹੌਲ ਸਿਰਜਿਆ ਅਤੇ ਉਹਨਾਂ ਨੂੰ ਬਕਾਇਦਾ ਪ੍ਰੋਟੈਕਸ਼ਨ ਦਿੱਤੀ ਜਿਹੜੇ ਇਹੋ ਜਿਹੇ ਲੋਕ ਮੋਬ ਲਿੰਚਿੰਗਸ ਦੀਆਂ ਐਕਟੀਵਿਟੀ ਗਾਊਂ ਰੱਖਿਆ ਦੇ ਨਾਂ 'ਤੇ ਵੀ ਕਈ ਵੇਲੇ ਇੱਦਾਂ ਦੇ ਗੱਲ ਹੋਈ ਕਿ ਮੁਸਲਮਾਨ ਕੋਈ ਬੰਦਾ ਦੇਖ ਲਿਆ ਤਾਂ ਮਾਰ ਦਿੱਤਾ ਜਾਂਦਾ ਇਹ ਪੂਰਾ ਇੱਕ ਮਾਹੌਲ ਮੁਸਲਮਾਨ ਨਹੀਂ ਦਲਿਤ ਵੀ ਉਹਦਾ ਸ਼ਿਕਾਰ ਹੋਏ ਨੇ ਮੁਸਲਮਾਨ ਵੀ ਕਿਤੇ ਕਿਤੇ ਸਿੱਖਾਂ ਦੇ ਉੱਤੇ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਤਾਂ ਸਾਨੂੰ ਇਹ ਗੱਲ ਮਤਲਬ ਜਿਹੜੀ ਆ ਵੀ ਇਹ ਸੋਚਣੀ ਚਾਹੀਦੀ ਆ ਵੀ ਦੇਖੋ ਜਿਹੜਾ ਇਹ ਸਾਰਾ ਸਿਸਟਮ ਬਣ ਰਿਹਾ ਆ ਇਹਦੇ ਵਿੱਚ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਉਹ ਕਾਂਗਰਸ ਆ ਭਾਵੇਂ ਉਹ ਭਾਜਪਾ ਆ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਰਹੀਆਂ ਨੇ ਕਹਿੰਦੇ ਆ ਕਿ ਦੇਸ਼ ਨੂੰ ਚੰਗਾ ਬਣਾਉਣਾ ਬਣਾਉਣਾ ਕਦੋਂ ਆ 1947 ਤੋਂ ਬਾਅਦ ਇੰਨੇ ਸਾਲ ਤੁਸੀਂ ਲੋਕਾਂ ਨੂੰ ਪਹਿਲਾਂ ਅੰਗਰੇਜ਼ ਜਿਵੇਂ ਲੁੱਟਦੇ ਆ ਰਹੇ ਸੀ
ਤੇ ਉਹ ਇੱਥੋਂ ਦੇ ਲੋਕਾਂ ਦੇ ਹੱਕਾਂ ਨੂੰ ਜਿਵੇਂ ਬ੍ਰਿਟਿਸ਼ਰ ਸੀ ਉਹ ਇੱਕ ਕਲੋਨੀ ਵਾਂਗ ਟ੍ਰੀਟ ਕਰਦੇ ਸੀ ਅਤੇ ਸਾਡੀਆਂ ਰਿਸੋਰਸਿਸ ਨੂੰ ਐਕਸਪਲੋਇਟ ਕਰਦੇ ਸੀ, ਲੋਕਾਂ ਦੇ ਨਾਲ ਧੱਕਾ ਕਰਦੇ ਸੀ, ਉਹੀ ਕੁਛ ਭਾਰਤ 'ਚ ਚੱਲ ਰਿਹਾ। ਗੱਲ ਇਹ ਆ ਕਿ ਸਰਹੱਦਾਂ ਨਵੀਆਂ ਬਣ ਗਈਆਂ ਨੇ, ਉਹਦੇ ਵਿੱਚ ਸਿਰਫ ਇੱਕ ਕੇਂਦਰੀ ਹਿੱਸਾ ਆ ਜਿਹੜਾ ਉਹੀ ਆਬਾਦੀ ਵਧਾ ਰਿਹਾ ਆ, ਉਹੀ ਹੋਰ ਸਾਰਾ ਕੁਝ ਲੁੱਟ ਰਿਹਾ ਆ, ਅਤੇ ਬਾਕੀ ਦਾ ਭਾਵੇਂ ਉਹ ਦੱਖਣ ਦਾ ਹਿੱਸਾ ਹੋਵੇ, ਭਾਵੇਂ ਨੌਰਥ ਈਸਟ ਹੋਵੇ, ਭਾਵੇਂ ਇੱਧਰ ਵਾਲਾ ਜਿਹੜਾ ਸਰਹੱਦ ਨਾਲ ਲੱਗਦਾ ਪੰਜਾਬ ਦਾ ਇਲਾਕਾ, ਕਸ਼ਮੀਰ ਦਾ ਇਲਾਕਾ, ਅਸੀਂ ਲੋਕ ਤਾਂ ਬਸਤੀਆਂ ਵਾਂਗ ਟ੍ਰੀਟ ਕੀਤੇ ਜਾ ਰਹੇ ਹਾਂ। ਚਿੱਟੀਆਂ ਚਿੱਟੀਆਂ ਚਮੜੀਆਂ ਦੀ ਥਾਂ ਹੁਣ ਚਿੱਟੇ ਕੱਪੜਿਆਂ ਵਾਲੇ ਲੁੱਟ ਰਹੇ, ਤੁਹਾਡਾ ਕਹਿਣ ਦਾ ਭਾਵ ਆ। ਮਹਿਤਾਬ, ਹੋਰ ਕਿਹੜੇ ਮੁੱਦੇ ਨੇ ਜਿੱਦਾਂ ਤੁਸੀਂ ਪਾਣੀ ਦਾ ਮੁੱਦਾ ਚੱਕ ਲਿਆ, ਇੱਕ ਭਾਸ਼ਾ ਦਾ ਮੁੱਦਾ ਚੱਕ ਲਿਆ, ਤੁਹਾਨੂੰ ਲੱਗਦਾ ਇਹ ਕੇਂਦਰੀ ਇਹਨਾਂ ਨੂੰ ਆਪਾਂ ਜੇ ਦੇਖੀਏ ਤਾਂ ਮੁੱਢਲੇ ਤੌਰ 'ਤੇ ਇਹ ਤਾਂ ਸੂਬੇ ਦੇ ਮਸਲੇ ਹੋ ਗਏ, ਕੇਂਦਰੀ ਪੱਧਰ 'ਤੇ ਕਿਹੜੇ ਦੇਖ ਲਏ ਮਸਲੇ ਹੋਰ ਤੁਹਾਡੇ ਹਿਸਾਬ ਦੇ ਨਾਲ? ਕੇਂਦਰੀ ਪੱਧਰ 'ਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਰੁਜ਼ਗਾਰ ਨੂੰ ਲੈ ਕੇ ਹੀ ਹੈਗਾ ਆ, ਕਿ ਜੇ ਆਪਾਂ ਗੱਲ ਕਰੀਏ ਪੂਰੇ ਭਾਰਤ ਦੇ ਵਿੱਚ ਹੀ ਇਸ ਸਮੇਂ ਜਿਹੜਾ ਰੁਜ਼ਗਾਰ ਬੇਰੁਜ਼ਗਾਰ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਕੋਲ ਕੁਝ ਕਰਨ ਨੂੰ ਨਹੀਂ ਹੈਗਾ ਗਾ, ਹੈ ਨਾ। BBC ਦੀ ਇੱਕ ਪ੍ਰੋਪਰ ਡਾਕੂਮੈਂਟਰੀ ਹੈਗੀ ਆ ਮੌਬ ਲਿੰਚਿੰਗ 'ਤੇ, ਅਤੇ ਉਹਨਾਂ ਨੇ ਐਂਡ 'ਤੇ ਗੱਲ ਕਹੀ ਹੈਗੀ ਆ ਕਿ ਇਹਦੇ ਵਿੱਚ ਉਹੀ ਨੌਜਵਾਨ ਇਨਵੋਲਵ ਹੁੰਦੇ ਆ ਕਿ ਜਿਹੜੇ ਜਿਹਨਾਂ ਕੋਲ ਕੋਈ ਰੁਜ਼ਗਾਰ ਨਹੀਂ ਆ, ਕਰਨ ਨੂੰ ਕੁਝ ਕੀਤਾ ਹੀ ਨਹੀਂ ਹੈਗਾ ਉਹਨਾਂ ਕੋਲ, ਅਤੇ ਜਦੋਂ ਉਹ ਉਹਨਾਂ ਕੋਲ ਕੁਝ ਕਰਨ ਨੂੰ ਨਹੀਂ ਹੈਗਾ ਗਾ ਫਿਰ ਉਹਨਾਂ ਦਾ ਧਿਆਨ ਜਿਹੜਾ ਹੈਗਾ ਆ ਉਹ ਇਹਨਾਂ ਚੀਜ਼ਾਂ ਵੱਲ ਡਿਵਰਟ ਕੀਤਾ ਜਾਂਦਾ ਹੈ ਕਿ ਹਾਂ ਕੋਈ ਗੱਲ ਨਹੀਂ, ਠੀਕ ਹੈ, ਕਿ ਜੇ ਰੁਜ਼ਗਾਰ ਨਹੀਂ ਹੈਗਾ ਕੋਈ ਗੱਲ ਨਹੀਂ, ਤੁਸੀਂ ਆਹ ਦੇਖੋ ਇਹ ਵੱਡਾ ਮੁੱਦਾ ਆ। ਵਿਹਲਾ ਮਨ ਸ਼ੈਤਾਨ ਦਾ ਘਰ ਅਕਸਰ ਇਹ ਗੱਲ ਕਹੀ ਜਾਂਦੀ ਹੈ। ਹਰਮਨ, ਇਨਫਲੇਸ਼ਨ ਬੜੀ, ਮਹਿੰਗਾਈ ਵਧੀ ਹੈ, GST ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਤੇ ਨਾ ਕਿਤੇ ਫੇਲ ਰਿਹਾ ਕੰਮ, ਬਹੁਤ ਪੱਧਰ 'ਤੇ ਦੇਖਿਆ ਜਾਵੇ ਤਾਂ ਇਹ ਸਵਾਲ ਉੱਠਦੇ ਰਹੇ ਕਿ GST ਦੇ ਅੰਦਰ ਪੈਟਰੋਲ ਨੂੰ ਲਿਆਉਂਦਾ ਗਿਆ, ਸਭ ਤੋਂ ਮੁੱਢਲੀ ਚੀਜ਼ ਆ, ਮੁੱਢਲੀ ਜ਼ਰੂਰਤ ਆ, ਕਿੱਦਾਂ ਦੇਖਦੇ ਤੁਸੀਂ ਮਹਿੰਗਾਈ ਦਾ ਹੱਲ, ਮਸਲਾ ਨਹੀਂ ਰਹੂਗਾ? ਇਹਦੇ 'ਚ ਜਿਹੜੀ ਮੈਂ ਗੱਲ ਕੀਤੀ ਸੀ ਇਕਨੋਮਿਕ ਮਾਡਲ ਦੀ, ਮਹਿੰਗਾਈ ਉਹਦਾ ਹੀ ਇੱਕ ਹਿੱਸਾ ਗਾ ਕਿ ਇਹਦੇ ਅੰਦਰ ਹੈ। ਉਹਦੇ 'ਚ GST ਦੀ ਆਪਾਂ ਗੱਲ ਕਰੀਏ, GST ਤੌਰ 'ਤੇ ਸਟੇਟਾਂ ਦੇ ਜਿਹੜੇ ਅਧਿਕਾਰ ਸੀ ਉਹਨਾਂ ਦੇ ਇੱਕ ਹੋਰ ਅਟੈਕ ਹੈ ਕਿ ਸਾਰੀ ਟੈਕਸ ਕਲੈਕਟ ਕਰਨ ਦੀ ਜਿਹੜੀ ਪੋਲੀਟੀਕਲ ਪਾਵਰ ਹੈ ਉਹ ਸੈਂਟਰਲਾਈਜ਼ ਹੋ ਗਈ ਹੋਰ ਜ਼ਿਆਦਾ ਉਹਦੇ ਅੰਦਰ। ਮਤਲਬ ਜਿਹੜਾ ਸਾਡੇ ਬਜਟ ਦਾ ਜੇ ਆਪਾਂ ਹੈੱਡ ਦੇਖੀਏ ਉਹਦੇ ਅੰਦਰ, ਸਾਡੇ ਬਜਟ ਦੇ ਅੰਦਰੋਂ ਕਿਹੜਾ ਹੈੱਡ ਕਿੱਥੇ ਵਰਤਿਆ ਜਾਂਦਾ, ਤਾਂ ਐਜੂਕੇਸ਼ਨ ਦੇ ਉੱਤੇ 70 ਤੋਂ 75 ਹਜ਼ਾਰ ਕਰੋੜ ਲੱਗਦਾ, ਹੈਲਥ ਦੇ ਉੱਤੇ 40 ਕੁ ਹਜ਼ਾਰ ਕਰੋੜ ਰੁਪਇਆ ਲੱਗਦਾ, ਅਤੇ 5 ਲੱਖ ਕਰੋੜ ਰੁਪਇਆ ਕਾਰਪੋਰੇਟਾਂ ਨੂੰ ਟੈਕਸ ਛੱਡੇ ਜਾਂਦੇ ਨੇ। ਮਤਲਬ ਮਹਿੰਗਾਈ ਤਾਂ ਇਹ ਸਾਰੀਆਂ ਪੈਮਾਨੇ ਨੇ ਕਿ ਸਾਡਾ ਇਕਨੋਮਿਕ ਮਾਡਲ ਆ ਜਿਹੜਾ ਉਹਦੇ ਅੰਦਰ ਮਹਿੰਗਾਈ ਵੀ ਹੋਣੀ ਆ, ਉਹਦੇ ਅੰਦਰ ਬੇਰੁਜ਼ਗਾਰੀ ਵੀ ਵਧਣੀ ਆ, ਉਹਦੇ ਅੰਦਰ ਜਿਹੜੀ ਗੱਲ ਕਰਦੇ ਸੀਗੇ ਕਿ ਬਿਜ਼ਨਸ ਦੀ ਗੱਲ ਕਰ ਰਿਹਾ ਕਿ ਮੋਦੀ ਵਾਰ ਵਾਰ ਕਹਿ ਰਿਹਾ ਨੌਕਰੀ ਨਾ ਮੰਗੋ, ਨੌਕਰੀ ਦੇਣ ਵਾਲੇ ਬਣੋ, ਜਿਹੜਾ ਇੱਕ ਆਮ ਤੌਰ 'ਤੇ ਇੱਕ ਆਮ ਬੰਦੇ ਨੂੰ ਬਹੁਤ ਗੱਲ ਜੱਚਦੀ ਵੀ ਬੜੀ ਗੱਲ ਹੈ। ਪਿੰਡਾਂ 'ਚ ਲੈ ਚੱਲਦੇ ਹਾਂ, ਕਿੰਨੇ ਲੋਕਾਂ ਨੇ ਡੇਅਰੀ ਫਾਰਮ ਖੋਲ੍ਹੇ ਨੇ, ਇਹ ਤੱਥਾਂ ਦੀ ਗੱਲ ਕਰਦੇ ਨੇ। ਹਾਈਕੋਰਟ ਦੇ ਅੰਦਰ ਕੇਸ ਚੱਲ ਰਿਹਾ ਇੱਕ ਬੰਦੇ ਦਾ, 5 ਲੱਖ ਦਾ ਉਹਦਾ ਲੋਨ, ਉਹਦੇ ਕੋਲੋਂ ਬੈਂਕ ਵਾਲੇ 13 ਲੱਖ ਰੁਪਏ 'ਚ ਗੱਲ ਮੁਕਾਉਂਦੇ ਸੀ, ਉਹਨੇ ਡੇਅਰੀ ਫਾਰਮ ਖੋਲ੍ਹਿਆ ਸੀ, 13 ਲੱਖ ਰੁਪਏ ਨਹੀਂ ਸੀ ਉਹਦੇ ਕੋਲੋਂ ਡੇਅਰੀ ਫਾਰਮ ਤੋਂ ਵਾਪਸ ਕਰਨ ਨੂੰ, ਉਹਦੀ ਇਹ ਹਾਲਤ ਹੈ। ਕੰਮ ਕੀ ਹੋਇਆ, ਸਾਰੇ ਉਹ ਜਿਹੜਾ ਬਜਰੰਗ ਦਲ ਵਾਲਿਆਂ ਨੇ ਗਊਆਂ ਦੇ ਨਾਂ 'ਤੇ ਕਰਦੇ ਨੇ, ਉਹਦੀਆਂ 3 ਲੱਖ ਦੀਆਂ ਮੱਝਾਂ ਇਹ RSS ਵਾਲਿਆਂ ਨੇ ਲੁਟੇਰਿਆਂ ਨੇ ਉਹ ਲੁੱਟ ਲਈਆਂ, ਉਹਨੂੰ 3 ਲੱਖ ਦਾ ਘਾਟਾ ਉੱਥੇ ਪਾਇਆ। ਮਤਲਬ ਇੱਕ ਕੇਸ ਆ, ਕੇਸ ਸਟੱਡੀ ਆ ਇਹ ਕਿ ਇੱਥੇ ਸਵੈ ਰੁਜ਼ਗਾਰ ਦਾ ਹਾਲ ਕੀ ਆ ਕਿ 1991 ਤੋਂ ਲੈ ਕੇ ਇਸ ਮਾਡਲ ਦੇ ਤਹਿਤ 5 ਲੱਖ ਸਮਾਲ ਐਂਡ ਮੀਡੀਅਮ ਸਕੇਲ ਯੂਨਿਟ ਬੰਦ ਹੋਏ ਨੇ, ਇਹ ਫੈਕਟ ਨੇ। ਅਤੇ ਜਿਹੜਾ ਸਟੈਟਿਸਟੀਕਲ ਡਿਪਾਰਟਮੈਂਟ ਆ ਜਿਹੜੇ ਉਹਨੇ ਹੁਣ ਫੈਕਟ ਕੱਢੇ ਨੇ ਉਹਨੂੰ ਅਸਤੀਫਾ ਹੀ ਦੇਣਾ ਪੈ ਗਿਆ। ਮਤਲਬ ਜਿਹੜੀ ਇਹ ਗੱਲ ਕਰ ਰਹੇ ਤੱਥਾਂ ਦੇ ਆਧਾਰ 'ਤੇ ਗੱਲ ਕਰੋ, ਸਾਰੀਆਂ ਗੱਲਾਂ ਤੱਥਾਂ ਦੇ ਆਧਾਰ 'ਤੇ ਆ, ਤਾਂ ਮੋਦੀ ਕੋਲ ਤੱਥ ਨਹੀਂ ਹੈਗੇ ਉਸ ਚੱਕਰ 'ਚੋਂ ਵਾਰ ਵਾਰ ਜਹਾਜ਼ ਉਡਾਉਂਦਾ ਗਾ ਜੀ। ਤੱਥਾਂ ਦੇ ਆਧਾਰ 'ਤੇ ਗੱਲ ਕਰਨ ਦੀ ਗੱਲ ਹੋਈ ਸੀ, ਕਹਿੰਦੇ ਨੇ ਕਿ ਤੱਥ ਜਿਹੜੇ ਉਹਨਾਂ ਨੇ ਤੱਥਾਂ ਦੇ ਆਧਾਰ 'ਤੇ ਹੁਣ ਗੱਲ ਕਰਤੀ ਕਿ ਕਿਤੇ ਨਾ ਕਿਤੇ ਜਿਹੜੇ ਰੁਜ਼ਗਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਰੁਜ਼ਗਾਰ ਜਿਹੜੇ ਨੇ ਉਹ ਖੋਹ ਲਏ ਜਾਂਦੇ ਨੇ ਤਰੀਕੋ ਤਰੀਕੇ। ਅਬ ਜੋ ਇਹਨਾਂ ਨੇ ਅਭੀ ਬਾਤ ਬੋਲੀ ਹੈ ਕਿ RSS ਵਾਲੇ ਗਾਇਓ ਕੋ ਇੱਕ ਆਦਮੀ ਵੇ ਜੋ ਵਹਾਂ ਕਾਮ ਕਰਤਾ ਥਾ ਉਸੇ ਗਾਇ ਚੀ, ਇਹ ਤੱਥ ਆਪਕੋ ਸਹੀ ਲੱਗਤਾ ਹੈ? ਇਹ ਤੋ ਥੋੜਾ ਸਾ ਆਪ ਵੀ ਅਗਰ ਇਸ ਬਾਰੇ ਮੈਂ ਉਹਨੇ ਕਿਹਾ ਕੇਸ ਸਟੱਡੀ ਹੈ, ਕੇਸ ਸਟੱਡੀ ਹੈ ਇਲਜ਼ਾਮ ਤੋ ਐਸੇ ਹੀ ਬੰਦੇ ਐਸੇ ਬੰਦੇ ਜੈਸੇ ਅਬ ਹਮ ਬਾਤ ਕਰੇਗੀ। ਅਬ ਖੁਦ ਹੀ ਮੈਂ ਆਪਣਾ ਐਗਜ਼ਾਮਪਲ ਦਿੱਤਾ ਹੋ ਕਿ ਹਮਾਰੇ ਵਹਾਂ, ਮੈਂ ਯਮੁਨਾਨਗਰ ਸੇ ਰਹਿਣੇ ਵਾਲਾ ਹੂੰ ਹਰਿਆਣਾ ਮੈਂ, ਤੋ ਵਹਾਂ ਅਭੀ ਜੋ ਜੋਨ ਹੈ ਸਟੋਨ ਕ੍ਰੇਸ਼ਰ ਹੈ ਉਸਕਾ ਕਾਮ ਚਲਾ ਹੈ, ਤੋ ਉਸਕੇ ਕਾਮ ਚਲਨੇ ਕੀ ਵਜ੍ਹਾ ਸੇ ਜੋ ਹਮਾਰਾ ਜੈਸੇ ਹਮਾਰੇ ਪਾਸ ਟ੍ਰੈਕਟਰ ਖੜੇ ਤੋ ਇਤਨੇ ਕਾਂਗਰਸ ਕੀ ਸਰਕਾਰ 10 ਸਾਲ ਰਹੀ, ਤੋ ਉਸ ਵਕਤ ਲਗਾਤਾਰ ਕਾਮ ਬੰਦ ਥਾ, ਕੋਈ ਕਾਮ ਨਹੀਂ ਚਲਤਾ ਥਾ ਉਸਕੇ ਬਾਅਦ, ਲੇਕਿਨ ਅਬ ਜੋ ਵਹਾਂ ਪਰਿਵਰਤਨ ਹੈ, ਜੋ ਵਹਾਂ ਤਰੱਕੀ ਹੋਈ ਹੈ, ਚਾਹੇ ਉਸਕੋ ਰੋਡ ਕੇ ਲੇਗੇ ਲੈ ਲੀਜੀਏ, ਚਾਹੇ ਉਸਮੇ ਰੋਜ਼ਗਾਰ ਲੋਕੋ ਕੋ ਮਿਲਾ ਹੈ, ਤੋ ਉਸ ਚੀਜ਼ ਮੈਂ ਤੋ ਆਪਣੇ ਵਹਾਂ ਕਾ ਐਗਜ਼ਾਮਪਲ ਦੇ ਦੇ ਰਹਾ ਹੂੰ ਕਿ ਇਹ ਕੇਸ ਸਟੱਡੀ ਤੋਂ ਮੈਂ ਹੀ ਖੁਦ ਕੜਾ ਹੂੰ ਕਿ ਹਮਾਰਾ ਜੋ ਕਾਮ ਬੰਦ ਥਾ ਇਤਨੇ ਸਾਲ ਸੇ 10 ਸਾਲ ਸੇ ਕਿਸ ਦਿਨ ਟ੍ਰੈਕਟਰ ਕੀ ਮੁਸ਼ਕਿਲ ਹੋ ਰਹੀ ਥੀ, ਲੇਕਿਨ ਆਜ ਵੋ ਵਹਾਂ ਕਾਮ ਚਲ ਰਹਾ ਹੈ। ਲੜਕੀਆਂ ਦੀ ਗੱਲ ਕਰੀਏ, ਤੁਸੀਂ ਪਹਿਲਾਂ ਸੁਰੱਖਿਆ ਦਾ ਇੱਕ ਗੱਲ ਹੋ ਗਈ ਕਿ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ, ਪਰ ਜੇ ਹੋਰ ਮਸਲੇ ਗੱਲ ਕਰੀਏ, ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੜਕੀਆਂ ਦੇ ਕਰਕੇ ਖਾਸ ਕਰ ਹੋਣੀਆਂ ਚਾਹੀਦੀਆਂ ਪਰ ਨਹੀਂ ਹੋ ਰਹੀਆਂ?
देखो एक तो वूमेन रिप्रेजेंटेशन की हमेशा तो गल रही है तो रुजगार के भी अगर आप देखिए लड़कियों स्पेशल की किया जा रहा है जो मोदी सरकार ने अजे तक किया जो मैं लगता बेसिकली कि जिमें इन्होंने पहला दसिया कि औरतों बिना सिक्योरिटी तो लोन उन्होंने प्रोवाइड कराए हैं ताकि आप अपना काम खुद शुरू कर सकी जिमें कोई घरेलू औरत भी अगर उन्होंने कोई अपनी छोटा मोटा कोई यूनिट सैट करना है तो उन्होंने बैंक चो अच्छे तरीके हम लोन मिल सकता तो वो बहुत इंपोर्टेंट चीज़ है। दूजी मेरे लिए तो सब तो इंपोर्टेंट मुद्दा वूमेन सिक्योरिटी का ही है क्योंकि इस तो उपर कोई चीज़ नहीं है वूमेन सिक्योरिटी जब पूरी होगी तो कुड़ियाँ घर तो बाहर निकलनगियाँ पढ़न जाएंगी अगे होर ताकि उन्होंने फिर उन्होंने पेरेंट्स को सोचना नहीं पेगा भेजन लिए अगर इन जिमें हम हेल्पलाइनज़ भी शुरू कीतिया ने सरकार ने चाहे वह चंडीगढ़ के देखिए आप चाहे सेंटर के वालों शुरू कीतिया ने तो होर जड़े इनिशिएटिव चके ने जिमें उन्होंने सैल्फ डिफेंस सिखाने स्कूल्स कॉलेज़ के यूनिवर्सिटीज़ के तो बहुत ही अच्छे मुद्दे हैं तो इन्हों अपन होर प्रमोट करना चाहिए तो अपन समाज के एक मैसेज डिलीवर करना चाहिए। नौजवानों की गल करिए इस बार 8.5 करोड़ के करीब जो नौजवान वोटर होने ने किन्ना असर रहेगा इन्हों का नवे वोटर जे चोणों के अपनी किन्नी भूमिका होगी हरमन थोड़े हिसाब से? मैं लगता यार देखो नौ आप कह दें नौजवान में एक अलग कैटेगरी कड़ लें पर हर नौजवान का सोशल बैकग्राउंड हों उदी कास्ट भी आ रिलीजन भी आते भी जो राष्ट्रवाद का हुआ क्रिएट किया जाता वह भी वो असर होना तो ये सारे समीकरण के अंदर कुछ नौजवान एक यूनिट के बतौर अड एक्ट करे वो औखा औखा लगता भी थोड़े हिसाब नौजवानों की भूमिका की रहेगी इन्होंने चोणों के क्योंकि कहा जाता कि इस वक्त काफ़ी वड्डी उन्हों की तादाद हैगी 8.5 करोड़ के करीब 90 करोड़ के सामने तो बहुत घट आंकड़ा आया पर फिर भी किन्ना असर रहेगा? सर जरूर यूथ है एक यूथ ऐसी चीज़ है जो ऐसी एक हमारे एक ऐसा यूथ ऐसे लोग हैं जो पूरी पॉलिटिकल डिसाइड करते हैं पॉलिसी डिसाइड करते हैं यूथ जिस तरफ जाएंगे उस तरफ माहौल बनता है देश का और अगर युवाओं ने इस बार बदलाव की सरकार चाही तो ज़रूर बदलाव आएगा और मैं चाहता हूं कि सभी युवाओं से एक अपील करता हूं कि सोच समझ के वोट करें और आप ऐसी सरकार को ऐसे अपने अपने एरियाज़ में देखें कि कौन लोग काम कर रहे हैं सरकार को पिछले 4-4.5 साल को भूल जाएँ काम नहीं हुए हैं उसी चीज़ को देखकर वोट करें सोशल मीडिया से दूर रहकर अगर अबकी बार वोट करेंगे तो शायद बदलाव की सरकार आएगी और 2019 गुंडागर्दी की सरकार हो या बाहुबलीगिरी की सरकार हो या मॉब लिंचिंग की सरकार हो या नशे की सरकार हो ऐसी सरकार 2019 की नहीं रहेगी मैं ये उम्मीद रखता हूँ। तुसी किद्दां देखदे हो अखीर दे विच जे असीं गल करिए तां सोशल मीडिया का किन्ना कु प्रभाव है इस वक्त ते किद्दां वोटरां नूं वोट पाउण दा इस्तेमाल करना चाहिए कि देख के वोट करना हो? सोशल मीडिया ते जिहड़ा प्रॉपर जिहड़े की कहिंदे ने इन्हां दे बंदे लाए गए आ इन्ने पेजेस ने हज़ारां की गिनती दे विच पेज ने ठीक है तो नौजवानों जदों असीं कहिंदे आ कि मोबाइल वंडे जाणगे जां हैना उन्हां दे उत्ते वो चीज़ां नूं होर वधावा दित्ता जांदा आ वह प्रॉपर एक प्रोपोगंडा फैलाया जाता है कि है ना मतलब आ हो रहा है जिमें जहाज उड़ाए जा रहे ना वो चीज़ा की देख के वोटर वोट कर की देख के वोट कर वोटर यह देखना चाहिए है कि उनके जोड़ा खेत्र हैगा पहला सब तो पहला वो खेत्र दौड़ा देखनिया चाहिए है कि उसके खेत जोड़ा उतों का नुमाइंदा हैगा वो की मंगा लैके जा रहा है ठीक है उस तो बाद जो नुमाइंदा अगे कि किस पार्टी संबंध रख रहा वो पार्टी कि मंगा पूरी कर जा रही है फिर उस तो बाद सोचना चाहिए। तो हिसाब सुखमिंदर की देखना चाहिए एक वोटर वोट करन तो पहला जिदा आप वक् वक् मुद्दे विचार ले तो हिसाब से एक वोटर जो वोट पाउन जा रहा उन्होंने की देखना चाहिए? जिमें हरमन ने कहा भी किसी भी वर्ग में तुम एक यूनिट एक इकाई वजो नहीं देख सकते हो जिहड़ियां लोक सभा चोणां ने खास करके तो वो मतलब मैं तो यही अपील करदा खास तौर पर पंजाब के नौजवानों तो होर भी चाहे वह नॉर्थ ईस्ट आ चाहे वह दक्षण दे विच आ भी जिहड़े लोग ये राजनीतिक प्रणाली है इस राजनीतिक ढांचे तो तंग आ चुके हैं भी उस तुसीं हुण सरकारां बदलण की गल ना करो नौजवान अगे आउण नौजवान राजनीति नूं समझण ते उह राजनीतिक ढांचा बदलण लई काम करन नौजवान अगे आउण नौजवानां दे अगे आउण की काफ़ी जरूरत आ। प्रिंस तुसीं किद्दां देखदे हो की मुद्दे देख के लोगों वोट करनी चाहिए? मैं देखो जी दोहरी तेरी वारी उही गल रिपीट कर रहा जिहड़ी हुण इन्हां ने अखीर दे विच कही है मैं पहलां तो कह रहा भी कंपैरिजन दे वोट करन पहली गल दूजी गल है यूथ नूं अगे आउण दी लोड़ आ उहनूं जागरूकत होण दी लोड़ आ ते होरां नूं जागरूकत करन दी लोड़ आ जे उह कर सकदा जे अज उहदे च एनर्जी आ उह नॉलेज रखदा ते उहनूं करनी चाहीदी है। तीजी गल है मेरे साथी NSUI तो उन्होंने कहा भी सोशल मीडिया नूं पंजाब सरकार ने एडा वधावा दिया भी हाँ जी वो कहें भी असी फोन देवे पहली गल तो वो वादे पूरे नहीं किए फोन दते नहीं बट वो कहण का मतलब तो यही है जो फोन देवे तो वो की है सोशल मीडिया यूज़ होगा सोशल मीडिया यूज़ होगा कि झूठ दिखा लेंगे सोशल मीडिया के मीडिया एक बहुत व्डा जरिया
ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਭਾਵੇਂ ਨਿਊਜ਼ ਚੈਨਲ ਨੇ, ਇਹਨਾਂ ਦੇ ਨਾਲ ਹੀ ਜਿਹੜਾ ਬਦਲਾਵ ਆਇਆ ਇਹਨਾਂ ਦੇ ਥਰੂ ਹੀ ਆਇਆ। ਪਰ ਉਹਨਾਂ ਨੇ ਇਹ ਕਿਹਾ ਕਿ ਕਿਤੇ ਨਾ ਕਿਤੇ ਬਹੁਤ ਟੀਮਾਂ ਬਿਠਾ ਦਿੱਤੀਆਂ ਗਈਆਂ ਨੇ ਹਰੇਕ ਪਾਰਟੀ ਦੀਆਂ, ਅਸੀਂ ਕਿਸੇ ਪਾਰਟੀ ਵਾਲੇ ਦੀ ਨਹੀਂ ਗੱਲ ਕਰਦੇ, ਹਰੇਕ ਪਾਰਟੀ ਨੇ ਆਪਣੀ ਆਪਣੀ ਟੀਮ ਬਿਠਾਈ ਹੋਇਆ ਕਿ ਆਪਣੇ ਲੋਕਾਂ ਨੂੰ ਪ੍ਰਮੋਟ ਕੀਤਾ ਜਾਵੇ, ਆਪਣੀ ਸਿਆਸੀ ਪਾਰਟੀ ਨੂੰ ਪ੍ਰਮੋਟ ਕੀਤਾ ਜਾਵੇ। ਇਸ ਪੁਆਇੰਟ ਆਫ ਵਿਊ ਤੋਂ ਉਹਨਾਂ ਨੇ, ਮੈਂ ਉਹੀ ਗੱਲ ਆ, ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਨੇ। ਆਪਾਂ ਇਕੱਲੇ ਜੇ ਆਪਾਂ ਕਹੀਏ ਵੀ ਹਾਂ ਵੀ ਉਹਦੀਆਂ ਜਿਹੜੇ ਉਹਦੀਆਂ ਖਰਾਬ ਚੀਜ਼ਾਂ ਜੇ ਉਹਨਾਂ ਵੱਲ ਦੇਖਿਆ ਜਾਵੇ, ਪਰ ਉਹਦੇ ਜਿਹੜੇ ਪੋਜ਼ੀਟਿਵਸ ਨੇ ਉਹਨਾਂ ਵੱਲ ਦੇਖਿਆ ਜਾਵੇ। ਉਸ ਤੋਂ ਬਾਅਦ ਆ ਜਿਹੜੀ ਗੱਲ ਆ ਯੂਥ ਦੀ, ਯੂਥ ਨੇ ਖੁਦ ਜੇ ਜਾਗਰੂਕਤ ਹੋਊਗਾ ਅਤੇ ਹੋਰਾਂ ਨੂੰ ਕਰੂਗਾ, ਨੌਲੇਜ ਰੱਖਦਾ, ਉਹ ਸੋਚ ਸਮਝ ਕੇ ਵੋਟ ਪਾਊਗਾ, ਕੰਪੈਰੀਜ਼ਨ 'ਤੇ ਵੋਟ ਕਰੇ। ਤੁਹਾਡੇ ਹਿਸਾਬ ਦੇ ਨਾਲ ਜਿੱਦਾਂ ਹੁਣ ਇਹਨਾਂ ਨੇ ਕਿਹਾ ਤਾਂ ਕੰਪੈਰੀਜ਼ਨ 'ਤੇ ਵੋਟ ਕਰਨ, ਤੁਹਾਡੇ ਹਿਸਾਬ ਦੇ ਨਾਲ ਕੀ ਦੇਖੇ ਜਿਹੜਾ ਯੂਥ ਆ ਵੋਟ ਕਰੇ? ਯੂਥ ਕੋ ਆਪਣੇ ਆਸ ਪਾਸ ਕਾ ਜੋ ਏਰੀਆ ਹੈ ਜਹਾਂ ਉਹ ਰਹਿਤਾ ਹੈ, ਔਰ ਜਿਸ ਜੋ ਸੰਸਦ ਉਸਕਾ ਵਹਾਂ ਐਕਟਿਵ ਹੈ, ਔਰ ਵਹਾਂ ਕਾਮ ਹੋ ਰਹੇ ਹੈ ਨਹੀਂ ਹੋ ਰਹੇ, ਕਿ ਸਿਰਫ ਅਗਰ ਹਮ ਟੀ ਵੀ ਕੇ ਥਰੂ ਜਾਂ ਸੋਸ਼ਲ ਮੀਡੀਆ ਕੇ ਥਰੂ ਹੀ ਟੋਟਲ ਡਿਪੈਂਡ ਹੋ ਜਾਏ ਕਿ ਸੋਸ਼ਲ ਮੀਡੀਆ ਪੇ ਦਿਖਾ ਰਹੇ ਐਸਾ ਕਾਮ ਹੋ ਰਹਾ ਹੈ ਕਿ ਗੁੜਗਾਓਂ ਮੇਂ ਇਤਨੇ ਬਾਈਪਾਸ ਬਣ ਗਏ, ਗੁੜਗਾਓਂ ਕੋ ਆਪਕੋ ਪਤਾ ਹੋਗਾ ਕਿ ਅਭੀ ਗੁੜਗਾਓਂ ਮੇਂ ਦੋ ਦਿਨ ਲਗਾਤਾਰ ਜਾਮ ਲਗਾ ਤਾ ਉਸਕੇ ਪਾਸ ਜੋ ਹਰਿਆਣਾ ਸਰਕਾਰ ਮੇਂ ਵਹਾਂ ਫਲਾਈਓਵਰ ਔਰ ਅੰਡਰਪਾਸ ਇਤਨੇ ਬਣਾਏ ਗਏ, ਆਜ ਗੁੜਗਾਓਂ ਮੇਂ ਜਾਮ ਨਹੀਂ ਲਗਤਾ, ਤੋ ਵਹਾਂ ਕੇ ਲੋਕੋ ਕੋ ਜਾਂ ਜੈਸੇ ਯਮੁਨਾਨਗਰ ਕੇ ਚੰਡੀਗੜ੍ਹ ਕੇ ਹਰ ਵਿਅਕਤੀ ਕੋ ਆਪਣੇ ਏਰੀਏ ਕੇ ਆਸ ਪਾਸ ਦੇਖਣਾ ਚਾਹੀਏ ਕਿ ਹਾਂ ਡਿਵਲਪਮੈਂਟ ਹੋਈ, ਯਹਾਂ ਲੋਕੋ ਕੋ ਰੋਜ਼ਗਾਰ ਮਿਲ ਰਿਹਾ, ਯਹਾਂ ਲੋਕੋ ਕੋ ਲਈ ਕੁਛ ਭਲਾ ਕਾਮ ਹੋ ਰਿਹਾ ਨਹੀਂ ਹੋ ਰਿਹਾ। ਤੁਹਾਡੇ ਹਿਸਾਬ ਦੇ ਨਾਲ ਕੀ ਯੂਥ ਦੇਖ ਕੇ ਵੋਟ ਪਾਵੇ, ਯੂਥ ਨੂੰ ਆਪਾਂ ਜੇ ਤੁਹਾਡੇ ਵੱਲੋਂ ਕੋਈ ਮੈਸੇਜ ਦੇਣਾ ਹੋਵੇ, ਯੂਥ ਕੀ ਦੇਖ ਕੇ ਵੋਟ ਪਾਵੇ ਜਾਂ ਕੀ ਨਾ ਦੇਖੇ? ਦੇਖੋ ਜਿਵੇਂ ਉਰੇ ਸਾਰੀ ਸਟੂਡੈਂਟ ਆਰਗਨਾਈਜੇਸ਼ਨ ਨੇ ਗੱਲ ਕੀਤੀ, ਭਾਵੇਂ NSCI ਹੋਵੇ ਜਾਂ SFS ਹੋਵੇ, ਉਹਨਾਂ ਨੇ ਸਿਰਫ ਲੋਕਾਂ ਨੂੰ ਇਹ ਹੀ ਦਿਖਾਇਆ, ਮਤਲਬ ਇਹ ਆਪਣੀ ਗੱਲਾਂ ਨਾਲ ਜਿਤਾਇਆ ਕਿ ਲੋਕ ਬੇਵਕੂਫ਼ ਨੇ, ਉਹਨਾਂ ਨੂੰ ਕੁਛ ਨਹੀਂ ਪਤਾ ਧਰਮ ਬਾਰੇ। ਉਹਨਾਂ ਨੇ ਬੋਲਿਆ ਕਿ ਮਤਲਬ ਜੋ ਇੰਨੀ ਚੀਜ਼ਾਂ ਹੋਈਆਂ ਨੇ ਪਿਛਲੇ 5 ਸਾਲ ਦੇ ਵਿੱਚ, ਚਾਹੇ ਅੰਤਰਰਾਸ਼ਟਰੀ ਲੈਵਲ 'ਤੇ ਆਪਣਾ ਜੋ ਵਧਿਆ ਨਾਮ ਭਾਰਤ ਦਾ, ਤਾਂ ਉਹਨਾਂ ਨੇ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰਕਾਰ ਨੇ ਕੁਛ ਨਹੀਂ ਕੀਤਾ ਅਤੇ ਜੋ ਵੀ ਹੈ ਉਹ ਨੈਗੇਟਿਵ ਹੀ ਹੋ ਰਿਹਾ। ਧਰਮ ਦਾ ਨਾਮ ਸਭ ਤੋਂ ਵੱਧ ਦੇ ਲੈਂਦੇ ਨੇ, ਜਾਤ ਦਾ ਨਾਮ ਸਭ ਤੋਂ ਵੱਧ ਦੇ ਲੈਂਦੇ ਨੇ, ਕਿਉਂ ਲੈਂਦੇ ਨੇ? ਤਾਂ ਕਿ ਜੋ ਵਧੀਆ ਕੰਮ ਹੋਏ ਨੇ ਇਹ ਉਹਨਾਂ ਨੂੰ ਢਕਾ ਸਕਣ, ਅਤੇ ਜੋ ਇਹਨਾਂ ਦੀ ਨਾਕਾਮਯਾਬ ਸਰਕਾਰ ਪਿਛਲੇ 70 ਸਾਲਾਂ ਤੋਂ ਰਹੀ ਆ ਉਹ ਦੁਬਾਰਾ ਆਵੇ। ਪਰ ਮੈਂ ਇਹ ਕਹਿੰਦੀ ਹਾਂ ਕਿ ਅੱਜ ਜਿਹੜੀ ਇੰਟਰਨੈਟ ਵਧਿਆ, ਜਿਵੇਂ ਗਲੋਬਲਾਈਜੇਸ਼ਨ ਹੋ ਰਹੀ ਹੈ, ਉਹਦੇ ਨਾਲ ਹਰ ਇੱਕ ਵੋਟਰ ਇੰਨਾ ਜਾਗਰੂਕ ਹੋ ਸਕਿਆ, ਚਾਹੇ ਉਹ ਇੱਕ ਆਮ ਕਿਸਾਨ ਹੋਵੇ, ਚਾਹੇ ਯੂਨੀਵਰਸਿਟੀ 'ਚ ਪੜ੍ਹਦਾ ਇੱਕ ਬੱਚਾ ਹੋਵੇ, ਚਾਹੇ ਕੋਈ ਵੀ ਹੋਵੇ, ਕਿ ਉਹਨੂੰ ਪਤਾ ਕਿ ਕੰਮ ਹੋਏ ਨੇ, ਮੇਰੇ ਅਰਾਊਂਡ ਕੀ ਪ੍ਰੋਗਰੈਸ ਹੋਈ ਹੈ, ਅਤੇ ਉਹ ਉਸਨੂੰ ਦੇਖ ਕੇ ਹੀ ਵੋਟ ਕਰੂਗਾ ਔਰ ਪੱਕਾ ਵਧੀਆ ਸਰਕਾਰ ਚੁਣ ਪਾਏਗਾ। ਸੋ ਅੱਜ ਤਮਾਮ ਨੌਜਵਾਨਾਂ ਨੇ ਆਪਣੇ ਆਪਣੇ ਪੱਖ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਦੱਸਿਆ ਕਿ ਇਸ ਵਕਤ ਚੋਣਾਂ ਦੇ ਵਿੱਚ ਜਿਹੜੇ ਅਸਲ ਮੁੱਦੇ ਆ ਉਹ ਕਿਤੇ ਨਾ ਕਿਤੇ ਦਰਕਿਨਾਰ ਕੀਤੇ ਜਾ ਰਹੇ ਨੇ। ਸਿਰਫ ਅਤੇ ਸਿਰਫ ਫੌਜ ਦਾ ਇਸਤੇਮਾਲ ਸਿਆਸੀ ਕਰਨ ਦੇ ਲਈ ਹੋ ਰਿਹਾ, ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਵੱਡੇ ਪੱਧਰ 'ਤੇ ਵਰਤੋਂ ਹੋ ਰਹੀ ਹੈ। ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕਿਤੇ ਨਾ ਕਿਤੇ ਧਰਮ ਨੂੰ ਵਰਤ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਰਕਿਨਾਰ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਦੂਰ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਪਾਸੇ ਰੱਖਿਆ ਜਾ ਰਿਹਾ, ਜਾਂ ਇਹ ਮੁੱਦੇ ਸਿਆਸਤ ਦੇ ਵਿੱਚ ਦਿਖਾਏ ਜਾ ਰਹੇ ਨੇ ਕਿ ਮੁੱਦੇ ਹੈਗੇ ਨੇ, ਪਰ ਅਸਲ ਮਾਇਨੇ ਦੇ ਦੇਖੀਏ ਤਾਂ ਇਹ ਕਿਤੇ ਨਾ ਕਿਤੇ ਮੁੱਦੇ ਨਹੀਂ ਨੇ। ਸਿਆਸੀਕਰਨ ਹੋ ਚੁੱਕਾ ਪੂਰੀ ਤਰ੍ਹਾਂ, ਪਰ ਦੇਖਣਾ ਹੋਵੇਗਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੇ ਪੱਖ ਦੇ ਵਿੱਚ ਇਸ ਵਕਤ ਨੌਜਵਾਨ ਭੁਗਤਦੇ ਨੇ, ਕਿਹੜੇ ਪੱਖ ਦੇ ਵਿੱਚ ਵੋਟਰ ਭੁਗਤਦੇ ਨੇ। ਨੌਜਵਾਨਾਂ ਦੀ ਰਾਏ ਅਸੀਂ ਜਾਣ ਲਈ, ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਫਿਲਹਾਲ ਤੁਹਾਡੇ ਤੋਂ ਆ ਕੇ ਲੈਂਦੇ ਹਾਂ, ਕੈਮਰਾਮੈਨ ਜਗਸੀਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV ਚੰਡੀਗੜ੍ਹ।